ਜਸਟੀ ਵੀ ਦੇਖ ਰਹੇ ਤੁਸੀਂ ਮੈਂ ਕੇਪੀਸੀ ਨੂੰ ਤੁਹਾਡਾ ਸਵਾਗਤ ਕਰਦਾ ਡੀਐਸਸੀਐਮਸੀ ਡੀਐਸਸੀਐਮਸੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੇ ਇਲਜ਼ਾਮ ਲੱਗਿਆ ਕਿ ਪ੍ਰਚਾਰ ਉਹਨਾਂ ਨੇ ਕੀਤਾ ਹੈਗਾ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਚਾਰਤ ਹੋਇਆ ਇਹਨਾਂ ਇਲਜ਼ਾਮਾਂ ਦੇ ਵਿਚਾਲੇ ਰ ਸ਼ਿਕਾਇਤ ਕਰਤਾ ਹੈ ਕਿ ਉਹ ਸ਼ਿਕਾਇਤ ਕਰਤਾ ਨੇ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਤੇ ਇਸ ਪਟੀਸ਼ਨਾਂ ਦੇ ਵਿਚਾਲੇ ਐਫਆਈਆਰ ਦਰਜ ਕਰਨ ਦੇ ਹੁਕਮ ਹੋਇਆ ਐਫਆਈਆਰ ਕਿਨਾਂ ਦੇ ਕੀਤੀ ਗਈ ਹੈਗੀ ਆ ਕਿਉਂ ਕੀਤੀ ਗਈ ਹੈਗੀ ਪੂਰਾ ਮਾਮਲਾ ਕੀ ਹੈ ਸੁਣ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਇਹ ਮਾਮਲਾ ਸਿਰਫ ਮਨਜੀਤ ਸਿੰਘ ਜੀ ਕੇ ਤੱਕ ਸੀਮਤ ਨਹੀਂ ਹੈਗਾ ਇਹ ਮਾਮਲਾ ਦਿੱਲੀ ਦੀ ਸਿੱਖ ਸਿਆਸਤ ਤੇ ਸੀਮਤ ਹੈਗਾ ਸ਼੍ਰੋਮਣੀ ਅਕਾਲੀ ਦਲ ਤੇ ਸੀਮਤ ਹੈਗਾ ਤੇ ਇਸ ਤੋਂ ਅੱਗੇ ਜਾ ਕੇ ਜੇ ਦੇਖਿਆ ਜਾਵੇ ਤਾਂ ਪੂਰੇ ਦੇਸ਼ ਵਿਦੇਸ਼ ਵਿੱਚ ਜਿਹੜੇ ਸਿੱਖ ਵਾਸੀ ਹੈਗੇ ਆ ਉਹਨਾਂ ਤੱਕ ਇਹ ਮਾਮਲਾ ਪਹੁੰਚਦਾ ਹੈਗਾ ਇਸ ਕਰਕੇ ਇਸ ਚਰਚਾ ਦੇ ਵਿੱਚ ਸ਼ਾਮਲ ਹੋਣਾ ਬੰਦਾ ਹੈਗਾ ਤੇ ਚਰਚਾ ਕਰਨੀ ਬੰਦੀ ਹੈ ਕਿਉਂਕਿ ਜਦੋਂ ਗੁਰਦੁਆਰਾ ਪ੍ਰਬੰਧਾਂ ਦੀ ਗੱਲ ਹੁੰਦੀ ਹੈ ਤੇ ਉਸ ਵੇਲੇ ਜੇ ਪ੍ਰਸ਼ਾਸਨ ਦੇ ਇਲਜ਼ਾਮ ਲੱਗਣ ਤਾਂ ਫਿਰ ਇਹ ਮਾਮਲਾ ਬਹੁਤ ਵੱਟਾ ਹੋ ਜਾਂਦਾ ਹੈ ਇਸੇ ਕਰਕੇ ਅਸੀਂ ਸਵਾਲ ਪੁੱਛਾਂਗੇ ਜੀ ਕੇ ਤੇ ਐਫ ਆਈ ਆਰ ਦਾ ਸੱਚ ਕੀ ਅੱਜ ਬਹਿਸ ਕਿਉਂ ਕਰ ਰਹੇ ਆ ਉਦੋਂ ਦਾ ਦੱਸੀਏ ਡੀਐਸਸੀਐਮਸੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਸਨੇ ਹੋਰਨਾ ਤੇ ਇਲਜ਼ਾਮਾਂ ਨਾਲ ਸਿਆਸਤ ਭੱਕ ਚੁੱਕੀ ਆ ਸ਼ਿਕਾਇਤ ਕਰਤਾ ਗੁਰਮੀਤ ਸਿੰਘ ਸ਼ੰਟੀ ਮਤਾਬਕ ਵਿਦੇਸ਼ੀ ਚੜਾਵੇ ਦੀ ਦੁਰਵਰਤੋਂ ਹੋਈ ਆ ਇਹ ਕੁਲ ਤਿੰਨ ਮਾਮਲੇ ਦੱਸੇ ਜਾ ਰਹੇ ਆ ਕਿਤਾਬਾਂ ਦੀ ਚਪਾਈ ਤੇ ਫਰਜੀ ਬਿੱਲਾਂ ਰਾਹੀਂ ਘੁਟਾਲੇ ਨੂੰ ਦਿੱਤਾ ਗਿਆ ਅੰਜਾਮ ਇਹ ਵੀ ਇਲਜ਼ਾਮ ਲਾਇਆ ਗਿਆ ਹੈਗਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਮਿਲੀ ਭੁਗਤ ਨਾਲ ਹੋਇਆ ਘੁਟਾਲਾ ਇਹ ਵੀ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਸਵਾਲਾਂ ਦੇ ਘੇਰੇ ਚ ਆਉਣ ਮਗਰੋਂ ਮਨਜੀਤ ਸਿੰਘ ਜੀ ਕੇ ਤੇ ਪਾਰਟੀ ਦਾ ਦਬਾਅ ਵਧਿਆ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੀ ਕਾਰਜਕਾਰੀ ਵੀ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤੀ ਗਈ ਹੁਣ ਨਵੀਂ ਕਾਰਜਕਾਰੀ ਲਈ ਚੋਣ ਹੋਣੀ ਹੈ ਤਾਰੀਖ ਦਿੱਤੀ ਗਈ ਹੈ ਪਰ ਉਸ ਤਰੀਕ ਤੇ ਹੋਵੇਗੀ ਕਿ ਨਹੀਂ ਹੋਵੇਗੀ ਸਵਾਲ ਬਹੁਤ ਇੰਪੋਰਟੈਂਟ ਹੈਗਾ ابھی ਦਿੱਲੀ ਕਮੇਟੀ ਦੇ ਸਾਫਾ ਪ੍ਰਧਾਨ ਸਰਨਾ ਨੇ ਸੁਖਵੀਰ ਸੇਵਾਲ ਤੋਂ ਅਸਤੀਫਾ ਮੰਗ ਲਿਆ ਹੈਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਹੈਗਾ ਕਿ ਬਾਕੀ ਜਿਹੜੀ ਐਗਜ਼ੈਕਟਿਵ ਹੈ ਕੀ ਉਹਨਾਂ ਤੇ ਵੀ ਮਾਮਲੇ ਦਰਜ ਹੋਣੇ ਚਾਹੀਤੇ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੋਂ ਵੀ ਸਵਾਲ-ਜਵਾਬ ਹੋਣੇ ਚਾਹੀਦੇ ਵਿਰੋਧੀਆਂ ਨੇ ਕਿਹਾ ਘਟਾਲੇ ਦੇ ਨਾਲ ਨਾਲ ਦਿੱਲੀ ਗੁਰਦੁਆਰਾ ਐਕਟ ਦੀ ਵੀ ਉਲੰਘਣਾ ਹੋਈ ਹੈ ਵੱਡਾ ਸਵਾਲ ਇਹ ਕੋਈ ਪੁੱਛਾਂ ਕਿ ਕੀ ਡੀਐਸਜੀਐਮਸੀ ਦੇ ਪ੍ਰਸ਼ਾਚਾਰ ਦੇ ਇਲਜ਼ਾਮਾਂ ਪਿੱਛੇ ਸਿਰਫ ਸਿਆਸੀ ਕਾਰਨ ਹੀ ਜ਼ਿੰਮੇਵਾਰ ਐ ਇਸੇ ਸਵਾਲ ਤੇ ਬਹਿਸ ਕਰਾਂਗੇ ਇਸ ਸਵਾਲ ਨੂੰ ਦੁਬਾਰਾ ਸਮਝੇ ਜ਼ਰੂਰਤ ਹੈ ਕਿ ਆ ਕੀ ਡੀਐਸਜੀਐਮਸੀ ਡੀਐਸਜੀਐਮਸੀ ਤੇ ਪ੍ਰਸ਼ਾਚਾਰ ਦੇ ਇਲਜ਼ਾਮਾਂ ਪਿੱਛੇ ਸਿਰਫ ਸਿਆਸੀ ਕਾਰਨ ਹੀ ਜ਼ਿੰਮੇਵਾਰ ਹੈ ਕਿ ਆ ਜਾਂ ਇਹਦਾ ਮਾਮਲਾ ਦੇ ਵਿੱਚ ਕੁਝ ਹੋਰ ਤੱਥ ਲੁਕੇ ਹੋਏ ਆ ਜਿਨ੍ਹਾਂ ਬਾਰੇ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ ਕਿ ਤੇ ਖਾਸ ਪੈਨਲ ਸਾਡਾ ਸਟੂਡੀਓ ਚ ਮੌਜੂਦ ਹੈਗਾ ਉਹਨਾਂ ਦਾ ਤਾਰਫ ਕਰਾ ਰਿਹਾ ਡਾਕਟਰ ਗੁਦਰਸ਼ਨ ਸਿੰਘ ਢਿੱਲੋਂ ਸਿੱਖ ਬੁੱਧੀਜੀਵੀ ਤੌਰ ਤੇ ਸਾਡਾ ਮੌਜੂਦ ਰਹਿਣਗੇ ਕਿਉਂਕਿ ਜਦੋਂ ਸਿੱਖ ਸਿਆਸਤ ਦੀ ਗ ਉਸ ਮਾਮਲੇ ਦੇ ਵਿੱਚ ਜਦੋਂ ਐਕਟ ਦੀ ਗੱਲ ਹੋਵੇ ਤਾਂ ਫਿਰ ਡਾਕਟਰ ਕੁਦਰਸ਼ਨ ਸਿੰਘ ਢਿੱਲੋਂ ਵਰਗੇ ਬੁੱਧੀ ਜਮਿਆਂ ਨੂੰ ਬੁਲਾਉਣ ਦੀ ਜ਼ਰੂਰਤ ਹੈ ਕਿ ਡਾਕਟਰ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ ਹਰਚੰਦ ਸਿੰਘ ਬਾਠ ਹਰਚੰਦ ਸਿੰਘ ਬਾਠ ਸੀਨੀਅਰ ਐਡਵੋਕੇਟ ਨੇ ਤੇ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਵਿੱਚ ਇਹਨਾਂ ਤੋਂ ਸਮਝਣ ਦੀ ਇਸ ਕਿਉਂਕਿ ਜ਼ਰੂਰਤ ਹੈ ਕਿ ਕਿਉਂਕਿ ਜਦੋਂ ਇਹ ਸਾਰਾ ਮਾਮਲਾ ਐਫਆਈਆਰ ਦਾ ਦਰਜ ਹੁੰਦਾ ਤੇ ਉਸ ਮਾਮਲੇ ਦੇ ਵਿੱਚ ਜਦੋਂ ਇਹ ਕਿਹਾ ਜਾਵੇ ਕਿ ਧਰਾਵਾਂ ਹੋਰ ਜੋੜਨੀਆਂ ਚਾਹੀਦੀਆਂ ਸੀ ਇਹ ਧਰਾਵਾਂ ਛੋਟੀਆਂ ਹੈਗੀਆਂ ਤਾਂ ਫਿਰ ਇਹਨਾਂ ਤੋਂ ਸਾਨੂੰ ਜਰੂਰਤ ਹੈ ਕਿ ਧਰਾਵਾਂ ਦੀ ਕਿਹੜੇ ਕਿਹੜੇ ਦੀ ਹੋਰ ਧਰਾਵਾਂ ਦੀ ਲੋੜ ਹੈਗੀ ਤੇ ਇਸ ਮਾਮਲੇ ਦੇ ਵਿੱਚ ਕੰਜਾ ਕਿਨਾਂ ਤੇ ਕੱਸਿਆ ਜਾਣਾ ਚਾਹੀਦਾ ਹੈਗਾ ਬਾੜਸਾ ਤੁਹਾਡਾ ਬਹੁਤ ਸਵਾਗਤ ਹੈ ਅਮਰਜੀਤ ਸਿੰਘ ਤਾਰਨੀ ਸ਼ਰਮਣੀ ਕਲ ਦੇ ਨੁਮਾਇੰਦੀ ਕਰਦੇ ਆ ਤੇ ਕਿਉਂਕਿ ਦਿੱਲੀ ਸੇ ਗੁਰਦਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਨਾਲ ਹੀ ਚੱਲਦੀ ਹੈ ਕਿ ਆ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੀ ਇਹਨਾਂ ਨਾਲ ਚੱਲਦੀ ਹੈਗੀ ਇਸ ਕਰਕੇ ਇਹਨਾਂ ਨੂੰ ਅੱਜ ਸੁਣਦਿਆ ਹੈਗਾ ਇਕਬਾਲ ਸਿੰਘ ਆਮ ਆਦੀ ਪਾਰਟੀ ਦੇ ਬਲਾਰੇ ਨੇ ਇਕਬਾਲ ਸਿੰਘ ਹਰਿਆ ਨੂੰ ਤਾਂ ਸੱਦਿਆ ਗਿਆ ਕਿਉਂਕਿ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਹੈ ਕਿਹਾ ਤੇ ਇਹ ਉਹਨਾਂ ਦਾ ਪੱਖ ਵੀ ਰੱਖਣਗੇ ਇਕਬਾਲ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਗੁਰਪ੍ਰੀਤ ਸਿੰਘ ਕੇਂਦਰੀ ਸਿੰਘ ਸਭਾ ਦੀ ਵਾਇੰਕੀ ਕਰਦੇ ਹੈ ਗੁਰਪ੍ਰੀਤ ਸਿੰਘ ਹਰਿਆ ਨੂੰ ਇਸ ਕਰਕੇ ਸੱਦਿਆ ਗਿਆ ਹੈਗਾ ਕਿਉਂਕਿ ਜਦੋਂ ਕੇਂਦਰੀ ਸਿੰਘ ਸਭਾ ਦਾ ਜ਼ਿਕਰ ਕਰਨਾ ਬੰਦਦਾ ਹੈਗਾ ਤਾਂ ਫਿਰ ਇਸ ਸਿੱਖ ਸਿਆਸਤ ਦੇ ਵਿੱਚ ਕੇਂਦਰੀ ਸਿੰਘ ਸਭਾ ਦੀ ਵੀ ਬਹੁਤ ਵੱਡੀ ਭੂਮਿਕਾ ਹੈ ਕਿ ਹੈ ਬੋਧਵ ਪ੍ਰਧਾਨਤ ਦੇ ਵਿੱਚ ਬਹੁਤ ਵੱਡੀ ਭੂਮਿਕਾ ਹੈਗੀ ਇਸ ਕਰਕੇ ਗੁਰਪ੍ਰੀਤ ਸਿੰਘ ਹਰਿਆ ਨੂੰ ਸੱਦਿਆ ਹੈਗਾ ਗੁਰਪ੍ਰੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸ ਡੀਐਸਜੀ ਉਚਿਤ ਜੇ ਪ੍ਰਸ਼ਾਸਨ ਦੇ ਇਲزام ਲੱਗਦੇ ਪਈ ਹੈ ਕਿਆ ਤਾਂ ਤੁਸੀਂ ਉਹਦੇ ਵਿੱਚ ਬੇਵਸ ਨਜ਼ਰ ਆ ਰਹੇ ਹੋ ਜਾਂ ਸਿਰਫ ਤੁਸੀਂ ਇੱਕ ਬੈਕਫੋਰਟ ਤੇ ਦਿਖਾਇਆ ਹੈਗਾ ਆਪਦੇ ਆਪ ਨੂੰ ਬੈਕਫੋਰਟ ਤੇ ਨਜ਼ਰ ਆਉਣ ਦੀ ਕੋਸ਼ਿਸ਼ ਨਹੀਂ ਆਗੀ ਤੁਹਾਡੀ ਅੰਦਰੂਨੀ ਖਿਚੋਤਨ ਹੈਗੀ ਜਿਹੜੀ ਇਸ ਮਾਮਲੇ ਦੇ ਉੱਤੇ ਤੱਕ ਲੈ ਗਈ ਨਹੀਂ ਤਾਂ ਇਸ ਤੋਂ ਪਹਿਲਾਂ ਹੀ ਤੁਸੀਂ ਕਾਰਵਾਈ ਕਰ ਲੈਂਦੇ ਕੇਪੀਜੀ ਦੇਖੋ ਗੱਲ ਇਹ ਹੈ ਵੀ ਜਿਹੜੀ ਗੱਲ ਇਹ ਸਾਰਾ ਕੁਝ ਸਾਹਮਣੇ ਆਇਆ ਇਹ ਮੇਰਾ ਖਿਆਲ ਹੈ 18 12 ਦੇ ਆਰਡਰ ਤੋਂ ਬਾਅਦ ਆਇਆ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਇਹ ਜਿਹੜਾ ਹੈਗਾ ਮਿਸਟਰ ਜੀਕੇ ਇਹਦੇ ਉੱਤੇ ਇੱਕ ਪਰਚਾ ਦਰਜ ਹੋ ਜਾਣਾ ਚਾਹੀਦਾ ਕਿਉਂਕਿ ਤੱਥ ਜਿਸ ਤਰ੍ਹਾਂ ਵੀ ਕੰਪਲੇਨੈਂਟ ਨੇ ਪੇਸ਼ ਕਰੇ ਆ ਉਹਦੇ ਮੁਤਾਬਕ ਜਿਹੜਾ ਹੈਗਾ ਸੀ ਉਹਨਾਂ ਨੇ ਕੋਰਟ ਨੇ ਆਪਣਾ ਜਿਹੜਾ ਹੈਗਾ ਅ ਦਤੀ ਹੈਗੀ ਹੈ ਜਜਮੈਂਟ ਦਤੀ ਹੈਗੀ ਹੈ ਅਸੀਂ ਉਸ ਦੇ ਨਾਲ ਹੀ ਸਾਡੀ ਪਾਰਟੀ ਦਾ ਇਹ ਫੈਸਲਾ ਹੋਇਆ ਕਿ ਜੇ ਉਹਦੇ ਉੱਤੇ ਅਲੀਗੇਸ਼ਨ ਲੱਗੇ ਆ ਜੇ ਉਹ ਇਸ ਤਰ੍ਹਾਂ ਦੇ ਕਿਸੇ ਪ੍ਰਸ਼ਾਸਨਚਾਰ ਦੇ ਮਾਮਲੇ ਦੇ ਵਿੱਚ ਆ ਰਹੇ ਹੈਗਾ ਤਾਂ ਪਹਿਲੀ ਗੱਲ ਇਹ ਹੈਗੀ ਆ ਕਿ ਸਾਬਤ ਹੋਣ ਤੋਂ ਪਹਿਲਾਂ ਜੇ ਉਹ ਆਪਣੇ ਆਪ ਨੂੰ ਸਾਫ਼ ਸਾਫ਼ਤ ਕਰ ਦੂਗਾ ਤਾਂ ਉਹਤੇ ਬਾਅਦ ਉਹਦੇ ਬਾਰੇ ਡਿਸਾਈਡ ਕਰਿਆ ਜਾਊਗਾ ਅਦਰਵਾਈਜ਼ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਅਸੀਂ ਨਾਲ ਦੀ ਨਾਲ ਜਿਹੜਾ ਹੈਗਾ ਦਿੱਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਅਸਤੀਫਾ ਲੈ ਰਿਹਾ ਸਤਜੀਤ ਸਿੰਘ ਤਾਰਨੀ ਸਾਹਿਬ ਤਾਰਨੀ ਸਾਹਿਬ ਔਰ ਤਾਰਨੀ ਸਾਹਿਬ ਹਾਂਜੀ ਤੁਸੀਂ ਗੱਲ ਨੂੰ ਲੰਮਾ ਨਾ ਖੇਚੋ ਮੈਨੂੰ ਸਿੱਧਾ ਸਿੱਧਾ ਜਵਾਬ ਦਿਓ ਜੇ ਜੇ ਦੇ ਸਕਦੇ ਹੋ ਤਾਂ ਕੀ ਮਨਜੀਤ ਸਿੰਘ ਜੀ ਕੇ ਜਾਂ ਹੋਰ ਜਿਹੜੇ ਮੈਂਬਰ ਹੈਗੇ ਆ ਉਨ੍ਹਾਂ ਦੀ ਮਡਲੀ ਮੈਂਬਰਸ਼ਿਪ ਚੜੀ ਉਹ ਖਾਰਜ ਕਰਨੀ ਬੰਦੀ ਹੈ ਜਾਂ ਨਹੀਂ ਕਿਉਂਕਿ ਵਿਰੋਧੀ ਇਹ ਸਵਾਲ ਕਰਦੇ ਪਏ ਆ ਦੂਜਾ ਸਵਾਲ ਇਹ ਹੈ ਕਿ ਕਾਰਜਕਾਰੀ ਪੰਕ ਕੀਤੀ ਗਿਆ ਕਿ ਪੂਰਾ ਮਾਮਲਾ ਜਿਹੜਾ ਉਹ ਦਿੱਲੀ ਕਮੇਟੀ ਨੂੰ ਹੀ ਪੰਕ ਕਰ ਦਿੱਤਾ ਜਾਵੇ ਕੱਲੀ ਕਾਰਜਕਾਰੀ ਦੀ ਮੰਗ ਤੇ ਨਾ ਰੁਕਿਆ ਜਾਵੇ ਇਹਦਾ ਬਰ ਕੀ ਜਵਾਬ ਦੋਗੇ ਬਿਲਕੁਲ ਮੈਂ ਮੈਂ ਉਹੀ ਦੱਸਦਾ ਜੀ ਇਸ ਤੇ ਹਾਲੇ ਐਲੀਗੇਸ਼ਨ ਹੈਗੇ ਆ ਤੇ ਕੋਈ ਜੱਜਮੈਂਟ ਨਹੀਂ ਆ ਗਈ ਨਾ ਹੀ ਉਹ ਦੋਸ਼ੀ ਕਰਾਰ ਦਿੱਤੇ ਗਏ ਆ ਠੀਕ ਹੈ ਨਹੀਂ ਆਪਾਂ ਇੱਥੇ ਕਿੰਨੀਆਂ ਡਿਬੇਟਸ ਕਰ ਚੁੱਕੇ ਆ ਇਹਦੇ ਵਿੱਚ ਵੀ ਇਹੀ ਅਨਸਰ ਬਿਨਾਂ ਗੱਲ ਤੋਂ ਇਲਜ਼ਾਮ ਲੱਗ ਰਿਹਾ ਹੈ ਬਿਨਾਂ ਗੱਲ ਤੋਂ ਅਕਾਲੀ ਦਲ ਇਹ ਮੰਨ ਰਿਹਾ ਹੈ ਕਿ ਇਲਜ਼ਾਮ ਲੱਗ ਰਿਹਾ ਹੈ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਅਕਾਲੀ ਦਲ ਇਹ ਮੰਨਦਾ ਪਿਆ ਕਿ ਇਲਜ਼ਾਮਾਂ ਵਿੱਚ ਸਚਾਈ ਹੈਗੀ ਮੈਂ ਮੈਂ ਨਹੀਂ ਕਹਿੰਦਾ ਕਿ ਬਿਨਾਂ ਗੱਲ ਤੋਂ ਇਲਜ਼ਾਮ ਲੱਗ ਰਹੇ ਆ ਮੈਂ ਕਹਿੰਦਾ ਇਲਜ਼ਾਮ ਲੱਗ ਰਹੇ ਆ ਇਸੇ ਕਰਕੇ ਕੋਰਟ ਨੇ ਐਫ ਆਈ ਆਰ ਦਰਜ ਕੀਤੀ ਆ ਪਰ ਅਕਾਲੀ ਦਲ ਅੰਦਰੂਨੀ ਅੰਦਰੂਨੀ ਪੱਧਰ ਤੇ ਕਾਰਵਾਈ ਨਹੀਂ ਕੀਤੀ ਮੇਰੀ ਗੱਲ ਸੁਣੋ ਅਕਾਲੀ ਦਲ ਨੇ ਅੰਦਰੂਨੀ ਪੱਧਰ ਤੇ ਕਾਰਵਾਈ ਨਹੀਂ ਕੀਤੀ ਕੀਤੀ ਆ ਇਹ ਤਾਂ ਅਸੀਂ ਉਹਦੇ ਵਿੱਚ ਲੱਗ ਗੰਭੀਰ ਇਲਜ਼ਾਮ ਹੈਗੇ ਆ ਜੋ ਕੋਰਟ ਦੇ ਵਿੱਚ ਲਾਏ ਗਏ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਤੁਸੀਂ ਇੱਥੇ ਗੱਲ ਕੀਤੀ ਹੈ ਕਿ ਅਮਰਦੀਪ ਸਿੰਘ ਧਾਰਨੀ ਨਾਲ ਐਡਵੋਕੇਟ ਵੀ ਹੈਗੇ ਆ ਮੈਂ ਐਜ਼ ਐਡਵੋਕੇਟ ਦੱਸਦਾ ਕਿ ਇਸ ਕੇਸ ਦੇ ਵਿੱਚ ਪੁਲਿਸ ਨੇ ਐਡਵੋਕੇਟ ਹੈਗੇ ਸਾਡੇ ਕੋਲੇ ਜਿਨ੍ਹਾਂ ਨੂੰ ਪੁੱਛ ਲਾਂਗੇ ਮੈਂ ਮੇਰੀ ਮੇਰੀ ਬੇਨਤੀ ਹੈ ਮੈਂ ਐਡਵੋਕੇਟ ਰੋਲ ਸਵਾਲ ਤੋਂ ਲੈ ਲੂੰਗਾ ਮੈਨੂੰ ਸਲੋਮ ਨਹੀਂ ਕਰਦਾ ਸਵਾਲ ਤੇ ਜਵਾਬ ਦੇ ਜੀ ਅਕਾਲੀ ਦਲ ਇਹ ਮੰਨਦਾ ਹੈ ਨਾ ਇਲਜ਼ਾਮ ਗੰਭੀਰ ਹੈ ਮੈਂ ਇੱਕੋ ਗੱਲ ਕਰਦਾ ਕਿ ਹਾਲੇ ਕੋਰਟ ਨੇ ਇਹ ਗੱਲ ਕਹੀ ਹੈ ਕਿ ਇਹਦੇ ਤੇ ਐਫ ਆਈ ਆਰ ਦਰਜ ਕਰਕੇ ਦਨ ਇਨਵੈਸਟੀਗੇਸ਼ਨ ਹੋਣੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਹਾਲੇ ਸਾਰਾ ਕੁਝ ਨਹੀਂ ਕਿ ਮਨਜੀਤ ਸਿੰਘ ਜੀ ਕੇ ਦੇ ਦੁਆਰਾ ਪ੍ਰਦਾਨ ਬਣਦੇ ਰਸਤੇ ਸਾਫ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਅਸੀਂ ਨਹੀਂ ਇਹ ਗੱਲ ਕਹਿੰਦੇ ਮਨਜੀਤ ਸਿੰਘ ਜੀ ਕੇ ਦੁਆਰਾ ਪ੍ਰਦਾਨ ਨਹੀਂ ਬਣਦੇ ਨਹੀਂ ਜੇ ਉਹ ਟੈਂਟਡ ਹੋਣ ਗਏ ਤਾਂ ਬਿਲਕੁਲ ਪ੍ਰਦਾਨ ਨਹੀਂ ਬਣਨਗੇ ਅਸੀਂ ਬਿਲਕੁਲ ਉਹਨਾਂ ਨੂੰ ਇਹ ਕਰਾਂਗੇ ਬਹੁਤ ਸਾਰੇ ਜਿਹੜੇ ਹੈ ਇਹਦਾ ਮਤਲਬ ਕਾਰਜਕਾਰੀ ਜਿਹੜੀ ਤਰੀਕ ਤੁਸੀਂ ਦਿੱਤੀ ਉਹ ਅੱਗੇ ਪੈ ਸਕਦੀ ਹੈ ਪੈ ਸਕਦੀ ਹੈ ਅੱਗੇ ਪੈ ਸਕਦੀ ਬਿਲਕੁਲ ਪਹਿਲੀ ਤਰੀਕ ਨਹੀਂ ਹੋਵੇਗੀ ਬਿਲਕੁਲ ਪੈ ਵੀ ਸਕਦੀ ਹੈ ਡਾਟ ਕੁਦਰਸ਼ਨ ਚਲੋ ਹਾਂਜੀ ਮੈਂ ਕਾਨੂੰਨੀ ਪੱਖ ਰਹਿਣਾ ਪਰ ਕਾਨੂੰਨੀ ਪੱਖ ਤੋਂ ਪਹਿਲਾਂ ਤੁਹਾਡੇ ਤੋਂ ਮੈਂ ਇੱਕ ਪੱਖ ਲੈ ਲਵਾਂ ਜੀ ਇਹਦੇ ਵਿੱਚ ਇੱਕ ਇਲਜ਼ਾਮ ਲੱਗਿਆ ਕਿ ਦਿੱਲੀ ਗੁਰਦ ਦੇਖੋ ਗਵਰਨਮੈਂਟ ਆਫ ਇੰਡੀਆ ਦਾ ਐਕਟ ਜਿਹੜਾ ਮੈਨੇਜਮੈਂਟ ਦੇ ਲਈ ਬਣਾਇਆ ਗਿਆ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਪਹਿਲਾਂ ਅੰਗਰੇਜ਼ਾਂ ਨੇ ਬਣਾਇਆ ਸੀ ਹੁਣ ਇੰਡੀਅਨ ਗਵਰਨਮੈਂਟ ਸੈਂਟਰਲ ਗਵਰਨਮੈਂਟ ਦੇ ਅਧੀਨ ਆ ਸਾਰਾ ਐਕਟ ਉਸ ਦਾ ਸਾਰਾ ਜਿਹੜਾ ਪੈਸਾ ਆਡਿਟ ਹੁੰਦਾ ਗਵਰਨਮੈਂਟ ਆਡਿਟ ਕਰਦੀ ਆ ਵੀ ਪੈਸਾ ਕਿੱਥੋਂ ਉਹਦੇ ਪੈਰਾਮੀਟਰਸ ਆ ਕਿੱਥੇ ਪੈਸਾ ਖਰਚ ਹੋਣਾ ਕਿੱਥੋਂ ਕਿਸ ਤਰ੍ਹਾਂ ਦਾ ਸੋਰਸ ਆ एवरीथिंग ਇਜ਼ ਆਡਿਟਡ ਐਂਡ ਇਜ਼ ਇਟ ਸ਼ੁੱਡ ਬੀ ਮੇਡ ਕ੍ਰਿਸਟਲ ਕਲੀਅਰ not it should look like that it should hmm. be presented like that hmm. unfortunately eh hega dharmik adara jithe kapde hoye a is de vich morality ethical values te property sab ton important factor hai morality tau kende paye na ethical value kende paye kende assi istifa dawat nahi 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 ha is ko de kiya te zimmedari kis di hai who is the head of that organization i mean to say shromani akali dal oh hege a sardar sukhbir singh badal te sardar prakash singh badal ਕੀ ਉਹਨਾਂ ਦੀ ਕੋਈ ਮੋਰਲ ਆਬਲੀਗੇਸ਼ਨ ਹੈ ਟਰਵਰਡਸ ਦਿਸ ਜਿਹੜੇ 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 ਕੱਪੜੇ ਹੋਏ ਆ ਡਾਟ ਏਕ 1 ਵਾਲਾ ਜਵਾਬ ਹੈ ਤੁਹਾਨੂੰ ਦੋ ਡਾਟ ਏ ਲੋ ਸਖਵੀਰ ਸਿੰਘ ਬਾਦਲ ਤੋਂ ਅਸਤੀਫਾ ਕਿਉਂ ਮੰਗਿਆ ਜਾ ਰਿਹਾ ਮੈਂ ਮੈਂ ਕਹਿੰਦਾ ਉਹਨੂੰ ਦੇਣਾ ਚਾਹੀਦਾ ਮੰਗਣ ਦੀ ਤਾਂ ਲੋੜ ਹੀ ਨਹੀਂ ਬਈ ਉਹਨੂੰ ਦੇਣਾ ਚਾਹੀਦਾ ਵੀ ਮੇਰਾ ਇਹ ਪਾਰਟੀ ਦਾ ਕਾਰਨ ਕੋਲ ਨਾ ਬੜਾ ਇੰਪੋਰਟੈਂਟ ਆਦਮੀ ਆ ਜਿਹੜਾ ਦਿੱਲੀ ਗੁਰਦੁਆਰਾ ਮੈਨੇਜ ਕਰਦਾ ਉਸ ਤੋਂ ਪਹਿਲਾਂ ਐਡੇ ਵੱਡੇ ਜ਼ਾਮ ਲੱਗੇ ਆ ਕੈਬਨਟ ਮੰਤਰੀ ਤੱਕ ਚਲੇ ਗਏ ਆ ਉਦੋਂ ਤਾਂ ਸਖਵੀਰ ਸਿੰਘ ਬਾਦਲ ਤੋਂ ਅਸਤੀਫਾ ਮੰਗਿਆ ਨਹੀਂ ਗਿਆ ਨਹੀਂ ਨਹੀਂ ਇਸ ਇਹ ਦੇਖੋ ਜੀ ਇਸ ਸਿੱਖਾਂ ਦਾ ਅਦਾਰਾ ਜਿੱਥੇ ਸਿੱਖ ਆਪਣੀ ਵਿਸ਼ਵਾਸ ਦੇ ਨਾਲ ਫੇਥ ਦੇ ਨਾਲ ਉੱਥੇ ਮੱਥਾ ਟੇਕਦੇ ਆ ਚੜਾਵਾ ਚੜਾਉਂਦੇ ਆਉ ਦਿਸ ਇਜ਼ ਸਮਥਿੰਗ ਮਚ ਬੀਗਰ ਦਨ ਦ ਪੋਲਿਟੀਕਲ ਵਨ ਸੋ ਇਹ ਇੱਕ ਸਿੱਖਾਂ ਦੇ ਵਿਸ਼ਵਾਸ ਦਾ ਘਾਤ ਕੀਤਾ ਗਿਆ ਹੈ ਔਰ ਇਹ ਬਹੁਤ ਇਮੋਰਲ ਐਕਟ ਆ ਅਨੈਥੀਕਲ ਐਕਟ ਮੈਂ ਸਮਝਦਾ moral probity ਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰਕਾਸ਼ ਸਿੰਘ ਬਾਦਲ ਮੈਂ ਇੱਕ ਸੁਖਵੀਰ ਸਿੰਘ ਬਾਦਲ ਦੀ ਗੱਲ ਕਰਦਾ ਹੈ ਸੁਖਵੀਰ ਸਿੰਘ ਬਾਦਲ ਤਾਸੀਫਾ ਨਹੀਂ ਦੇਣਗੇ ਇਹ ਮੰਨ ਕੇ ਕਿ ਹੁਣ ਮੈਂ ਮੈਂ ਤੁਰ ਕੇ ਚੱਲ ਰਿਹਾ ਹਾਂ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜੋ ਸਿਆਸੀ ਇਲਜ਼ਾਮ ਲੱਗਦੇ ਆ ਸੁਖਵੀਰ ਸਿੰਘ ਬਾਦਲ ਕੀ ਜੋ ਸਿਆਸੀ ਇਲਜ਼ਾਮ ਨਹੀਂ ਹੈ ਕਿ ਪੀਜੀ ਇਹ moral ਬਹੁਤ بڑا ਕਪਲਾ ਹੈ ਇਹ ਬਹੁਤ ਬੜੀ ਰਿਸ਼ਵਤ ਹੈ ਕਿਸ 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 ਕਿੱਥੇ ਰਿਸ਼ਵਤ ਕੀਤੀ ਗਈ ਹੈ ਜਿਹੜਾ ਰੱਬ ਦਾ ਘਰ ਹੈ ਜਿਹੜਾ ਲੋਕਾਂ ਦਾ ਵਿਸ਼ਵਾਸ ਦਾ ਕੇਂਦਰ ਹੈ ਜਿੱਥੇ ਲੋਕ ਵਿਸ਼ਵਾਸ ਨਾਲ ਫੇਦ ਦੇ ਨਾਲ ਉੱਥੇ ਮੱਥਾ ਟੇਕਦੇ ਆ ਜਾ ਕੇ ਉੱਥੇ ਤੁਸੀਂ ਕਪਲਾ ਕੀਤਾ ਕੋਈ politician ਨੂੰ ਇਹ ਲੱਗਦਾ ਹੈ ਕਿ ਸ਼ਰਮ ਨੇ ਕੱਲ-ਤਾਲ ਦੇ ਪ੍ਰਧਾਨ ਵੀ ਜ਼ਿੰਮੇਵਾਰ ਹੈ ਅਬਸੋਲੂਟਲੀ ਇੱਕ ਛੋੜਾ ਹੈ ਬ੍ਰੇਕ ਲੈਣੇ ਫਿਰ ਤੋਂ ਵਾਪਸ ਬ੍ਰੇਕ ਤੋਂ ਵਾਪਸ ਆਵਾਂਗੇ ਜੀਕੇ ਦੀਆਂ ਨੀਤੀਆਂ ਤੇ ਨੀਤ ਠੀਕ ਠੀਕ ਹੈ ਮੈਂ ਇੱਕ ਛੋੜਾ ਹੈ ਬ੍ਰੇਕ ਲੈਣੇ ਫਿਰ ਤੋਂ ਵਾਪਸ ਆਵਾਂਗੇ ਜੀਕੇ ਦੀਆਂ ਨੀਤੀਆਂ ਤੇ ਨੀਤੀਆਂ ਤੇ ਸਵਾਲ ਕਿਉਂ ਉੱਠਦੇ ਪਏ ਹੈ ਕਿ ਆ ਕਿ ਦਿੱਲੀ ਕਮੇਟੀ ਦੀ ਅੰਦਰੂਨੀ ਖਿਚੋਤਾਨ ਇਸ ਮਸਲੇ ਨੂੰ ਇਥੋਂ ਤੱਕ ਤੱਕ ਨਹੀਂ ਲੈ ਆਈ ਇਹ ਸਿਰਫ ਸਿਆਸੀ ਕਾਰਨਤਾ ਨਹੀਂ ਹੈ ਕਿ ਅਸਲ ਵਿੱਚ ਇਹ ਮਾਮਲਾ ਪੂਰਾ ਹੈ ਕਿ ਹੈ ਇਸ ਵਿੱਚ ਪੇਚ ਕਿੱਥੇ ਜਾ ਕੇ ਫਸਦੇ ਹੈ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਜੀ ਸਵਾਲ ਉਠਤੇ ਪਏ ਚੁੱਕਦੇ ਪਏ ਹੈ ਕਿ ਇਹਨਾਂ ਸਵਾਲਾਂ ਦੇ ਪਿੱਛੇ ਕੋਈ ਦਮ ਹੈ ਜਾ ਨਹੀਂ ਗਰਮੀ ਸੇ ਛੰਟੀ ਨੂੰ ਕੋਈ ਸਪੋਰਟ ਕਰਦਾ ਪਿਆ ਹੈਗਾ ਤੇ ਇਸ ਪੂਰੇ ਮਾਲਵੇ ਦੇ ਗਰਮੀ ਸੇ ਛੰਟੀ ਦੇ ਖਿਲਾਫ ਹੈ ਜਿਹੜਾ ਉਹ ਦਿੱਲੀ ਕਮੇਟੀ ਕੀ ਐਕਸ਼ਨ ਲੈਣ ਦੀ ਤਿਆਰੀ ਵਿੱਚ ਹੈ ਕੀ ਹੈ ਸਵਾਲ ਵੀ ਬੜਾ ਮਹੱਤਵਪੂਰਨ ਹੈਗਾ ਕਿਉਂਕਿ ਹੁਣ ਦੋ ਤਿਹਰਾ ਆਮੋ ਸਾਹਮਣੇ ਹੋ ਚੁੱਕੇ ਆਂ ਪਰ ਇਹਨਾਂ ਤਿਹਰਾ ਦੇ ਵਿਚਾਲੇ ਸਿੱਖ ਕੌਮ ਹੈ ਉਹ ਦੁਬਤਾ ਵਿੱਚ ਹੈ ਤੇ ਉਸੇ ਦੁਬਤਾ ਨੂੰ ਦੂਰ ਕਰਨ ਵਾਸਤੇ ਹੀ ਡਿਬੇਟ ਕਰ ਰਹੇ ਬੜੇ ਤੋ ਵਾਪਸ ਆ ਰਹੇ ਸਵਾਲ ਇੱਕ ਪੁੱਛ ਰਹੇ ਬੜਾ ਸਵਾਲ ਸੀ ਇਹ ਪੁੱਛ ਰਹੇ ਆ ਕਿ ਡੀਐਸਸੀਐਮਸੀ ਦੇ ਪ੍ਰਸ਼ਾਸਨ ਦੇ ਇਲਜ਼ਾਮਾਂ ਪਿੱਛੇ ਸਿਰਫ ਸਿਆਸੀ ਕਾਰਨ ਹੀ ਜ਼ਿੰਮੇਵਾਰ ਰਹਾ ਇਕਬਾਲ ਸਿੰਘ ਤੁਹਾਡੀ ਪਾਰਟੀ ਸਰ ਤੁਹਾਡੀ ਪਾਰਟੀ ਇਸ ਮੌਦੇ ਦੇ ਵਿੱਚ ਕੋਈ ਵਿਰੋਧੀ ਧਿਰ ਵਾਲੀ ਭੂਮਿਕਾ ਤਨਿ ਨਿਭਾ ਰਹੀ? ਨਹੀਂ ਜੀ ਇਹ ਤਾਂ ਦੇਖੋ ਇਲਜ਼ਾਮ ਲਾਉਣ ਨੂੰ ਤਾਂ ਰੇਗ ਲਾਈ ਜਾਂਦਾ ਸਾਡਾ ਧਾਰਮਿਕ ਮਾਮਲੇ 'ਚ ਕੀ ਲੈਣਾ ਦੇਣਾ ਹੈ। ਮੈਂ ਤਾਂ ਇੱਕ ਅੱਜ ਇੱਥੇ ਵੀ ਆਇਆ ਐਜ਼ ਅ ਸਿੱਖ ਹੋਣ ਦੇ ਨਾਤੇ ਆਇਆ ਬਾਕੀ ਪਾਰਟੀ ਦਾ ਇੱਥੇ ਪੱਖ ਮੈਂ ਪਾਰਟੀ ਦਾ ਪੱਖ ਨਹੀਂ ਰੱਖੂੰਗਾ। ਦਿੱਲੀ ਵੀ ਜਿਹੜਾ ਕੁਝ ਅੱਜ ਹੋਇਆ ਇਹ ਇਹ ਪੂਰੀ ਸਿੱਖ ਕੌਮ ਦਾ ਸਿਰ ਨੀਵਾ ਕਰਨ ਵਾਲੀ ਘਟਨਾ ਹੈ। ਕਿਉਂਕਿ ਇਹਨੂੰ ਪੋਲੀਟੀਕਲ ਐਂਗਲ ਤੋਂ ਦੇਖਿਆ ਹੀ ਨਾ ਜਾਵੇ। ਇਹ ਧਾਰਮਿਕ ਦਾ ਧਾਰਮਿਕ ਮਾਮਲਾ ਹੈ ਤੇ ਆਸਥਾ ਨਾਲ ਜੁੜਿਆ ਹੋਇਆ ਮਾਮਲਾ ਜੇ ਸਾਡੇ ਕੌਮ ਨੂੰ ਚਲਾਉਣ ਵਾਲਿਆਂ ਤੇ ਇਹ ਜਿਹੇ ਮਤਲਬ ਐਫ ਆਈ ਆਰਾਂ ਹੋਣ ਲੱਗ ਗਈਆਂ ਤੇ ਸਾਡਾ ਆਮ ਜਿਹੜਾ ਸ਼ਹਿਰੀ ਹੈਗਾ ਜਿਹੜਾ ਆਮ ਟੈਕਸੀ ਡਰਾਈਵਰ ਹੈ ਜਾਂ ਹੋਰ ਕੋਈ ਟਰੱਕ ਡਰਾਈਵਰ ਉਹ ਤੇ ਕੌਣ ਵਿਸ਼ਵਾਸ ਕਰੂਗਾ ਸਾਡੀਆਂ ਕਮੇਟੀਆਂ ਤੇ ਕਿਉਂ ਇਹਨਾਂ ਨੂੰ ਲੱਗਦਾ ਕਿ ਭਰੋਸੇ ਨੂੰ ਢਾਹ ਲੱਗੀ ਹੈ ਸਾਡੇ ਭਰੋਸੇ ਨੂੰ ਢਾਹ ਲੱਗੀ ਹੈ ਇਸ ਕਰਕੇ ਇਹ ਸੁਖਵੀਰ ਬਾਦਲ ਨੇ ਇਹ ਪ੍ਰਮੋਟ ਕੀਤੇ ਆ ਸਿਰਸਾ ਨੂੰ ਵੀ ਤੇ ਇਹਨੂੰ ਜੀਕੇ ਨੂੰ ਵੀ ਸੁਖਵੀਰ ਬਾਦਲ ਨੇ ਪ੍ਰਮੋਟ ਕੀਤੇ ਹੋਏ ਬੰਦੇ ਆ ਤੇ ਸੁਖਵੀਰ ਬਾਦਲ ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਤੁਸੀਂ ਅਸਤੀਫਾ ਮੰਗਦੇ ਹੋ ਸੁਖਵੀਰ ਬਾਦਲ ਨਹੀਂ ਮੈਂ ਐਜੇ ਸਿੱਖ ਮੰਗਦਾ ਸਾਡਾ ਪਾਰਟੀ ਦੇ ਲੈਵਲ ਤੇ ਮੇਰਾ ਸਾਡਾ ਕੋਈ ਬਿਆਨ ਨਹੀਂ ਹੈਗਾ ਮੈਂ ਐਜੇ ਸਿੱਖ ਉਹਨਾਂ ਨੂੰ ਕਹਿਣਾ ਵੀ ਤੁਹਾਨੂੰ ਨੈਤਿਕਤਾ ਦੇ ਆਧਾਰ ਤੇ ਦੇਣਾ ਚਾਹੀਦਾ ਮੰਗਣ ਦੀ ਤਾਂ ਲੋੜ ਹੀ ਨਹੀਂ ਪੈਣੀ ਢਿੱਲੋਂ ਸਾਹਿਬ ਨੇ ਸਹੀ ਕਿਹਾ ਠੀਕ ਹੈ ਠੀਕ ਹੈ ਵਰਪੀ ਸਿੰਘ ਜੀ ਕੇਂਦਰੀ ਸਿੰਘ ਸਭਾ ਇਸ ਮਾਮਲੇ ਦੇ ਵਿੱਚ ਕੀ ਸੋਚਤੀ ਹੈ ਸਵਾਲ ਇਹ ਹੈਗਾ ਕਿ 70-72 ਦਿਨ ਪਹਿਲਾਂ ਤੁਸੀਂ ਜਿਹੜੀ ਉਹ ਕਾਰਜਕਾਰੀ ਭੰਗ ਕਰਨੀ ਪੈਂਦੀ ਹੈ ਕਿ ਜਿਹੜਾ ਹੋਇਆ ਵਕਤ ਪਿਆ ਹੈਗਾ ਸੀਗਾ 2 ਸਾਲ ਹੋ ਜੇ ਕਮੇਟੀ ਦੇ ਪਏ ਹੈ ਕਿ ਉਹਨਾਂ ਨੇ ਕਾਰਜਕਾਲ ਪੂਰਾ ਕਰਨਾ ਹੈਗਾ ਹੁਣ ਮੰਗ ਇਹ ਕੀਤੀ ਜਾ ਰਹੀ ਹੈ तकरीबन 2 ਸਾਲ ਤੋਂ ਥੋੜਾ ਜਿਹਾ ਸਮਾਂ ਵੱਧ ਵੀ ਹੋਊਗਾ ਮੰਗ ਇਹ ਕੀਤੀ ਜਾ ਰਹੀ ਹੈ ਕਿ ਦਿੱਲੀ ਕਮੇਟੀ ਭੰਗ ਕਰ ਦਿੱਤੀ ਜਾਵੇ ਦੁਬਾਰਾ ਚੋਣ ਹੋ ਤੁਸੀਂ ਇਸ ਨਾਲ ਉਮੀਦ ਰੱਖਦੇ ਬਿਲਕੁਲ ਜੇ ਅਸੀਂ ਤਾਂ ਕਹਿੰਦੇ ਹਾਂ ਕਿ ਜਿਹੜੀ ਚੋਣਾਂ ਜਿਹੜੀ ਗੱਲ ਹੈਗੀ ਮੈਂ ਤਾਂ ਪਿੱਛੇ ਵੀ ਬੜਾ ਹੈਰਾਨ ਸੀਗਾ ਕਿ ਦੇਖੋ ਜਦੋਂ ਚੋਣਾਂ ਵੀ ਹੋਈਆਂ ਨੇ ਤੁਸੀਂ ਸਾਰੇ ਇਸ ਗੱਲ ਨਾਲ ਪੜੀਪਾਂ ਤੁਸੀਂ ਜਾਣਦੇ ਹੋ ਉੱਥੇ ਨਾ ਪ੍ਰਕਾਸ਼ ਸਿੰਘ ਬਾਦਲ ਨਾ ਸੁਖਬੀਰ ਬਾਦਲ ਦਾ ਕੋਈ ਪੋਸਟਰ ਲੱਗਿਆ ਸੀਗਾ ਸਿਰਫ ਜੀਕੇ ਨੇ ਆਪਣੇ ਨਾਂ ਦੇ ਉੱਤੇ ਚੋਣਾਂ ਲੜੀਆਂ ਸੀਗੀਆਂ ਠੀਕ ਹੈ ਨਾ ਹੀ ਵਾਸ ਦਾ ਪੋਸਟਰ ਬாய் ਫਾਰ ਐਸਡੀ ਫਿਰ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਬਟ ਬਟ ਮੈਂ ਕੰਪਲੀਟ ਕਰਨ ਦਿੰਦਾ ਬਟ ਜਦੋਂ ਚੋਣਾਂ ਹੋ ਗਈਆਂ ਫਸਟ ਥਿੰਗ ਇਹਨਾਂ ਨੇ ਕੀ ਕੀਤਾ ਸਾਰੇ ਜਿਹੜੇ ਬੰਦੇ ਚੁਣੇ ਗਏ ਸੀਗੇ ਸੁਖਬੀਰ ਬਾਦਲ ਦੇ ਘਰ ਗਏ ਸੋ ਦੈਟ ਮੀਨਸ ਜਿਹੜਾ ਪੈਸਾ ਇਹਨਾਂ ਨੂੰ ਸਾਰਾ ਕੁਝ ਹੋ ਗਿਆ ਉਹ ਅਕਾਲੀ ਦਲ ਬਾਦਲ ਨੇ ਦਿੱਤਾ ਸੀਗਾ ਆਬਵੀਅਸਲੀ ਬਿਕੋਜ਼ ਜਦੋਂ ਇਹਨਾਂ ਦੀ ਉੱਥੇ ਇਹਨਾਂ ਨੂੰ ਇਹਨਾਂ ਦੀ ਮਤਲਬ ਇਹ ਜਿਹੜੇ ਵੀ 35 36 ਇਹਨਾਂ ਦੇ ਜਿਹੜੇ ਬੰਦੇ ਉੱਥੇ ਜਿੱਤੇ ਸੀਗੇ ਸੁਖਬੀਬਾਲ ਦੇ ਘਰ ਗਏ ਨੇ अच्छा देन कमिंग डाउन टू जीके ਦਾ ਜਿਹੜਾ ਦੇਖੋ ਇਹ ਸਾਰੀ ਗੱਲਬਾਤਾਂ ਹੈਗੀਆਂ ਅਸੀਂ ਆਪਣੇ ਇੰਸਟੀਟਿਊਟ ਆਫ ਸਿਕ ਸਟੱਡੀਜ਼ ਵਿੱਚ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਮੈਨੂੰ ਪਹਿਲਾਂ ਗੱਲ ਪਿਆ ਕਰੋ ਅਸੀਂ ਅਸੀਂ ਇਹ ਕਲੀਅਰ ਕਰਨਾ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਪੋਸਟਰ ਬੁਆਏ ਨਹੀਂ ਸੀ ਉੱਥੇ ਬਾਦਲ ਪਰਵਾਦ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਪੋਸਟਰ ਬੁਆਏ ਨਹੀਂ ਸੀ ਉਦੋਂ ਬੇਅਦਬੀ ਦੇ ਕੇਸ ਚੱਲਦੇ ਪਏ ਸੀ ਇੱਥੇ ਬੇਅਦਬੀ ਦਾ ਮਾਮਲਾ ਮਾਮਲਾ ਉੱਤਾਰਾ ਸੀ ਤਾਂ ਹੈ ਉਹਨਾਂ ਦਿੱਲੀ ਕਮੇਟੀ ਦੇ ਵਿੱਚ ਮਨਜੀਤ ਸਿੰਘ ਜੀਕੇ ਨੇ ਆਪਦੇ ਦਮ ਤੇ ਚੋਣਾਂ ਲੜੀਆਂ ਬਿਲਕੁਲ ਜੇ ਮਨਜੀਤ ਸਿੰਘ ਜੀ ਕਿਨੇ ਆਦਮ ਤੇ ਜੋਣਾ ਲੜੀਆਂ ਫਿਰ ਸੁਖਬੀਰ ਸਿੰਘ ਬਾਦਲ ਤੋਂ ਸੀਫਾ ਕਿਉਂ ਮੰਗਦੇ ਪਏ ਤੁਸੀਂ ਮੈਂ ਬਿਕੋਜ਼ ਯਾਪਸ ਇਹ ਦੋ ਚੀਜ਼ਾਂ ਨੇ ਦੇਖੋ ਮੇਰੀ ਗੱਲ ਸੁਣੋ ਐਜ਼ ਅ ਗੱਲ ਅਸੀਂ ਹੁਣ ਜਦੋਂ ਆਪਾਂ ਗੱਲ ਕੀਤੀ ਸੀਗੀ ਰਣਜੀਤ ਸਿੰਘ ਕਮਿਸ਼ਨ ਬਾਰੇ ਕਿ ਵੀ ਗੋਲੀਏ ਭਾਵੇਂ ਕਿਸੇ ਹੋਰ ਮਤਲਬ ਕਿ ਕਿਸੇ ਪੁਲਿਸਮੈਨ ਨੇ ਚਲਾਈ ਹੈ ਬਟ ਉਹਦਾ ਉਹਦਾ ਹੂਜ਼ ਹੂਜ਼ ਇਨ ਚਾਰਜ ਆਫ ਦ ਹோம் ਮਿਨਿਸਟਰੀ ਇਨ ਪੰਜਾਬ ਆਫਟਰ ਆਲ ਉਹ ਹੀ ਸੁਖਬੀਰ ਸਿੰਘ ਬਾਦਲ ਵਾਸ ਹோம் ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਵਾਸ ਚੀਫ ਮਿਨਿਸਟਰ ਸੋ ਵੀ ਆਸਕ ਫॉर देयर देयर ਸਟੀਫ ਆਲਸੋ ਅਸੀਂ ਉੱਥੇ ਵੀ ਮੰਗਦੇ ਆ ਮੁੱਖ ਦੀ ਗੱਲ ਇੱਥੇ ਪੈਂਦੀ ਹੈ ਕਿ ਪੀਜੀ ਕੇਬੀ ਜਿਹੜੀ ਹੈ ਸਿਆਸਤ ਗ੍ਰਸਤ ਗੁਰਦੁਆਰਾ ਪ੍ਰਬੰਧ ਹੋ ਗਿਆ ਨਾ ਇਹ ਮੌਕਾ ਪਰ ਸਿਆਸੀ ਪਾਰਟੀਆਂ ਦੇ ਹੇਠਾਂ ਐਨਐਸ ਐਨਐ ਸਿੱਖ ਕੌਮ ਨੂੰ ਬਹੁਤ ਠੇਸ ਪਹਚਾਇਆ ਕਿਉਂਕਿ ਇੱਥੇ ਸਾਰਾ ਕੁਝ ਸਿਆਸਤ 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 ਹੀ ਚੱਲਦੀ ਹੈ ਇਹਦੇ ਵਿੱਚ ਹੁਣ ਤੁਸੀਂ ਤਾਂ ਗੱਲ ਗੱਲ ਕਰ ਰਹੇ ਹੋ ਕਿ ਵੀ ਇਹਨਾਂ ਨੇ ਕੋਈ ਕੋਈ ਮਾਇਆ ਖੱਟੀ ਕੀਤੀ ਹੈ ਜਿਹੜੇ ਬਾਹਰੋਂ ਆਈ ਹੈ ਮੈਂ ਕਹਾ ਇਹ ਇਹ ਗੱਲਾਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਹੀਂ ਹੁੰਦੀਆਂ ਸਾਨੂੰ ਨਹੀਂ ਪਤਾ ਕਿ ਵੀ ਇੱਥੇ ਕੀ ਹੁੰਦਾ ਰੈਲੀਆਂ ਜਿਹੜੀਆਂ ਚਲਦੀਆਂ ਨੇ ਉਹ ਸਭ ਨੂੰ ਪਤਾ ਵੀ ਲੰਗਰ ਕਿੱਥੋਂ ਜਾਂਦੇ ਨੇ ਤੇ ਕੀ ਨਹੀਂ ਹੁੰਦਾ ਸੋ ਦਿਸ ਇਜ਼ ਜਦ ਤੱਕ ਜਦ ਤੋਂ ਪਹਿਲਾਂ ਜਿਹੜਾ ਕਮੇਟੀ ਦੇ ਪ੍ਰਧਾਨ ਰਹੇ ਗੁਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਜਿਹੜਾ ਕਮੇਟੀ ਦੇ ਪ੍ਰਧਾਨ ਰਹੇ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਰਹੇ ਕਿ ਆ ਕਿ ਉਦੋਂ ਇਹ ਉੰਤਾਈਆਂ ਉਦੋਂ ਨਹੀਂ ਹੋਈਆਂ ਅਸੀਂ ਮੈਂ ਕਹਿ ਰਿਹਾ ਹੋ ਸਕਦੀਆਂ ਹੋਣੀਆਂ ਕਿ ਬਟ ਉਸ ਟਾਈਮ ਹੂਐਵਰ ਵਾਸ देयर ਮੈਂ ਤੇ ਮੈਂ ਤੇ ਇਸ ਗੱਲ ਦੀ ਸ਼ਲਾਗਾ ਕਰਦਾ ਕਿ ਹੁਣ ਅਗਰ ਇਹਨਾਂ ਨੇ ਸਾਰਿਆਂ ਨੇ ਕਿਹਾ ਜਦੋਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਇਹਨਾਂ ਸਾਰੇ ਨੇ ਮੰਗ ਕੀਤੀ ਹੈ ਕਿ ਤੁਸੀਂ ਪਿਛਲੇ 17 ਸਾਲਾਂ ਤੋਂ 20 ਸਾਲਾਂ ਤੋਂ ਜੁ ਸਾਰਾ ਆਡਿਟ ਕਰਾ ਲਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਪਾਣੀ ਦਾ ਪਾਣੀ ਤੇ ਲੈਟ ਐਂਡ ਬਾਇਨ ਇੰਡੀਪੈਂਡੈਂਟ ਮਤਲਬ ਜਿਹਨੂੰ ਕਹਿੰਦੇ ਮਕੈਂਜ਼ੀ ਯਾ ਯੂ ਨੋ ਵਨ ਆਫ ਦੋਜ਼ ਆਡਿਟਿੰਗ ਫਰਮਸ ਕਿ ਵੀ ਜਿਹੜਾ ਕਿ ਤੁਹਾਡੀ ਆਡਿਟ ਉੱਥੇ ਕਰਕੇ ਤੇ ਤੁਹਾਨੂੰ ਦੱਸਣ ਕਿ ਵੀ ਐਕਚੁਅਲੀ ਗੁਰਦੁਆਰੇ ਦੇ ਵਿੱਚ ਕੀ ਹੋਇਆ ਤੇ ਕੀ ਨਹੀਂ ਹੋਇਆ ਠੀਕ ਹੈ ਕਮੇਟੀ ਐਂਡ ਠੀਕ ਹੈ ਵਾਪਸ ਆਉਂ ਬਾਟਸਪ ਇਹ ਚਲੋ ਇੱਕ ਸਿਆਸਤ ਦੀ ਗੱਲ ਹੋ ਗਈ ਇੱਕ ਧਰਮ ਦੀ ਗੱਲ ਹੋ ਗਈ ਇੱਕ ਕੌਮ ਦਾ ਮਸਲਾ ਹੋ ਗਿਆ ਮੈਂ ਕਾਨੂੰਨੀ ਤੌਰ ਤੇ ਤੁਹਾਨੂੰ ਜਾਨਣਾ ਚਾਹੁੰਦਾ ਜਿਹੜੇ ਇਲਜ਼ਾਮ ਲੱਗੇ ਹੈਗੇ ਆ ਕੈਨੇਡੀਅਨ ਡਾਲਰ 1 ਲੱਖ ਉਹਨੂੰ ਕਨਵਰਟ ਕੀਤਾ ਕਿਆ ਹੋਰ ਜਿਹੜਾ ਫਰਜੀ ਬਿੱਲ ਬਣਾਉਣ ਦਾ ਜਿਹੜਾ ਇਲਜ਼ਾਮ ਲੱਗਿਆ ਹੈਗਾ ਜਿਹੜਾ ਆਪਦੇ ਪਰਿਵਾਰ ਦੇ ਨਾਂ ਤੇ ਕੰਪਨੀ ਬਣਾ ਕੇ ਉਹਦੇ ਬਿੱਲ ਪਾਏ ਗਏ ਹੈਗੇ ਇਹ ਸਾਰੇ ਇਲਜ਼ਾਮ ਲੱਗੇ ਆ ਤੁਸੀਂ ساری ਐਫਆਈਆਰ ਦੇ ਵਿੱਚ ਜਿਹੜਾ ਉਹ ਸਾਰਾ ਕੁਝ ਪੜਿਆ ਹੋਵੇਗਾ ਇਸ ਐਫਆਈਆਰ ਦੇ ਵਿੱਚ ਕਮੀ ਕੀ ਹੈਗੀ ਪਹਿਲਾਂ ਤਾਂ ਜੀ ਕਿ ਕੋਈ ਸ਼ੱਕ ਨਹੀਂਗਾ ਕਿ ਜਿਹੜੇ ਵੀ ਅਲੀਗੇਸ਼ਨ ਇਹਦੇ ਵਿੱਚ ਲੱਗੇ ਨੇ ਬਹੁਤ ਹੀ ਸੀਰੀਅਸਰ ਨੇਚਰ ਆ ਜੋ ਫੈਕਸ ਐਂਡ ਫਿਗਰਸ ਦਿੱਤੇ ਗਏ ਨੇ ਇਹ 2016 ਦੇ ਨੇ ਪੈਸਾ ਕੈਨੇਡਾ ਤੋਂ ਟ੍ਰਾਂਸਫਰ ਹੋਇਆ 1 ਲੱਖ ਡਾਲਰ ਜਿਹਦੀ ਵੈਲਿਊ ਕੋਈ 51 ਲੱਖ ਰੁਪਏ ਜਿਹੜੇ ਸਾਡੇ ਇੰਡੀਆ ਦੇ ਬਣਦੇ ਆ ਉਹਦੀ ਮਿਸਐਪਰੋਪਰੀਏਸ਼ਨ ਹੋਈ 515773 ਰੁਪਏ ਐਗਜ਼ੈਕਟਲੀ ਆ ਐਪ੍ਰੋਕਸੀਮੇਟਲੀ 51 ਠੀਕ ਹੈ ਠੀਕ ਹੈ ਉਹਦੀ ਹੋਈ ਔਰ ਉਸ ਦੇ ਵਿੱਚ ਜਿਹੜੇ ਸਾਰੇ ਫੈਕਟਸ ਫਿਗਰ ਦਿੱਤੇ ਗਏ ਨੇ ਦੂਸਰਾ ਜਿਹੜਾ ਨਾਲ ਦਿੱਤਾ ਗਿਆ ਕਿ ਕਿੰਨੇ ਮਫਲਰ ਬਣੇ ਨੇ ਕਿੰਨੇ ਜਿਹੜੇ ਗਲਵਜ਼ ਜਿਹੜੇ ਆ ਉਹ ਬਣੇ ਨੇ ਕਿੰਨੀਆਂ ਕਿਤਾਬਾਂ ਜਿਹੜੀਆਂ ਬਣਾਈਆਂ ਕਿ ਛਾਪੀਆਂ ਗਈਆਂ ਉਹ ਸਾਰੇ ਫਿਰ ਪਰ ਕਿਤੇ ਹੈ ਹੀ ਨਹੀਂ ਸੀ ਔਰ ਇਹ ਵੀ ਦੱਸਿਆ ਗਿਆ ਕਿ ਉਹ ਫਰਮਾਂ ਜਿਹੜੀਆਂ ਸੀ ਉਹਦੇ ਉਹ ਉਹ ਫਰਮਾਂ ਜਿਹੜੀਆਂ ਉਹਨਾਂ ਦੇ ਨਾਂ ਦਿੱਤੇ ਸੀ ਜਿਹੜੇ ਜੀਕੇ ਦੀ ਕੁੜੀ ਆ ਤੇ ਉਹਨਾਂ ਦੇ ਜਿਹੜਾ ਜਵਾਈ ਆ ਉਹਨਾਂ ਦੇ ਨਾਂ ਦੇ ਉੱਤੇ ਔਰ ਉਹਦੇ ਵਿੱਚ ਇਹ ਹੈ ਕਿ ਉਹ ਕਦੀ ਕਿਤਾਬਾਂ ਛਪੀਆਂ ਹੀ ਨਹੀਂ ਇਨ ਪ੍ਰੈਕਟਿਸ ਜੋ ਸਾਰੇ ਫੈਕਟਸ ਐਂਡ ਫਿਗਰਸ ਜਿਹੜੇ ਐ ਇਸ ਵਿੱਚ ਦਿੱਤੇ ਗਏ ਆ ਉਹ ਵੈਰੀ ਸੀਰੀਅਸ ਹੈ ਉਹਦੇ ਹਿਸਾਬ ਦੇ ਨਾਲ ਜਿਹੜੇ ਕੰਪਲੇਨੈਂਟ ਐ ਗੁਰਮੀਤ ਸਿੰਘ ਸ਼ੰਟੀ ਜਿਹੜੇ ਉੱਥੋਂ ਦੇ ਇਲੈਕਟਿਡ ਜਿਹੜੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਉਹਨਾਂ ਨੇ ਪੁਲਿਸ ਨੂੰ ਕੰਪਲੇਂਟ ਦਿੱਤੀ ਐ 21 10 2018 ਨੂੰ ਜਿਹਦੇ ਵਿੱਚ ਉਹਨਾਂ ਸਾਰੇ ਇਹ ਡਾਕੂਮੈਂਟਰੀ ਪ੍ਰੂਫ ਲਾਏ ਨੇ ਇਹ ਨਹੀਂ ਹੈ ਕਿ ਹਵਾ ਦੇ ਵਿੱਚ ਸਾਰੇ ਡਾਕੂਮੈਂਟਰੀ ਪ੍ਰੂਫ ਲਾ ਕੇ ਉਹਨੇ ਆਪਣੇ ਜਿਹੜੇ ਅਲੀਗੇਸ਼ਨ ਲਾਏ ਨੇ ਦੋਸ਼ ਲਾਇਆ ਨੇ ਉਹਦੀ ਸਪੋਰਟ ਦੇ ਵਿੱਚ ਪੁਲਿਸ ਨੂੰ ਦਿੱਤੀ ਹੈ ਪਰ ਪੁਲਿਸ ਨੇ ਉਹਦੇ ਤੇ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਇਹ ਪਤਾ ਨਹੀਂ ਕਿਉਂ ਅਦਰਵਾਈਜ਼ ਜਿਹੜੇ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਕਿ ਜਿਹਦੇ ਵਿੱਚ ਐਲੀਗੇਸ਼ਨ ਜਿਹੜੇ ਆ ਉਹ ਕਾਗਨੀਜ਼ੇਬਲ ਐਲੀਗੇਸ਼ਨ ਬਣਦੇ ਹੋਣ ਤਾਂ ਪੁਲਿਸ ਇਜ਼ ਬਾਉਂਡ ਟੂ ਰਜਿਸਟਰ ਦੀ ਐਫ ਆਈ ਆਰ ਉਹ ਦੇਖੋ ਕੋਈ ਹੋਰ ਚਾਰਾ ਨਹੀਂ ਤੇ ਹੁਣ ਵੀ ਆਈ ਉਹਨੂੰ ਸੱਦਿਆ ਗਿਆ ਹੁਣ ਵੀ ਆਈ ਉਹਨੂੰ ਸੱਦਿਆ ਗਿਆ ਸਾਡੇ ਮੈਂ ਕਨਕਲੂਡ ਕਰ ਰਿਹਾ ਉਹਦੇ ਵਿੱਚ ਜਿਹੜਾ ਹੋਰ ਕੋਈ ਚਾਰਾ ਨਹੀਂ ਹੈ हां ਉਸ ਤੋਂ ਬਾਅਦ ਦੋਸ ਇਨਵੈਸਟੀਗੇਸ਼ਨ ਹੋਵੇ ਦੋਸ਼ ਗਲਤ ਹੈ ਨਹੀਂ ਗਲਤ ਹੈ ਪੁਲਿਸ ਆਪਣਾ ਜਿਹੜਾ ਕਨਕਲੂਡ ਕਰ ਸਕਦੀ ਹੈ ਕਿ ਹੀ ਇਜ਼ ਇਨੋਸੈਂਟ ਔਰ ਹੀ ਕੈਨ ਬੀ ਪ੍ਰੋਸੀਕਿਊਟਿਡ ਇਸੇ ਪੁਲਿਸ ਨੇ ਜਿਹੜਾ ਵਾ ਜਾਂ ਤਾਂ ਉੱਥੇ ਜਿਹੜੀ ਗਵਰਨਮੈਂਟ ਕਿਸ ਤਰ੍ਹਾਂ ਦੀ ਐ ਇਸ ਵੇਲੇ ਸੈਂਟਰ ਦੇ ਵਿੱਚ ਕਿਉਂਕਿ ਇਹ ਵੀ ਕਲੀਅਰ ਹੈ ਕਿ ਜਿਹੜਾ ਸਾਰਿਆ ਐਡਮਿਨਿਸਟ੍ਰੇਸ਼ਨ ਆ ਪੁਲਿਸ ਐਡਮਿਨਿਸਟ੍ਰੇਸ਼ਨ ਆ ਉਹ ਡਾਇਰੈਕਟਲੀ ਅੰਡਰ ਦੀ ਸੈਂਟਰਲ ਗਵਰਨਮੈਂਟ ਆ ਉਹਦੇ ਵਿੱਚ ਆਪ ਦਾ ਕੋਈ ਰੋਲ ਨਹੀਂ ਹੈ ਆਪ ਨਾ ਤਾਂ ਉਹਦਾ ਕ੍ਰੈਡਿਟ ਲੈ ਸਕਦੇ ਆ ਨਾ ਡਿਸਕ੍ਰੈਡਿਟ ਲੈ ਸਕਦੇ ਆ ਕਿਉਂਕਿ ਸਾਰਾ ਜਿਹੜਾ ਅਮਨ ਕਾਨੂੰਨ ਦਾ ਔਰ ਪੁਲਿਸ ਦਾ ਇਹ ਸਿੱਧਾ ਬੀਜੇਪੀ ਦੇ ਜਿਹੜਾ ਗਵਰਨਮੈਂਟ ਦੇ ਥੱਲੇ ਹੈ ਤੁਸੀਂ ਇਹ ਕਹਿਣਾ ਚਾਹ ਰਹੇ ਹੋ WhatsApp ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਉਹ ਸੈਂਟਰ ਗਵਰਨਮੈਂਟ ਦੇ ਅੰਡਰ ਆ ਸਾਰਾ ਪੁਲਿਸ ਪ੍ਰਬੰਧ ਐਸ ਕਰਕੇ ਮਨਜੀਤ ਸਿੰਘ ਜੀਕੇ ਤੇ ਉਹ ਤਿਕਰ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਸੀ ਦੇਖੋ ਮੈਂ 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 ਕੁਝ ਨਹੀਂ ਕਹਿੰਦਾ ਪਰ ਇਨਫਰੈਂਸ ਕੈਨ ਬੀ ਡਰਲ ਇਹਦਾ ਇੱਕ ਜਿਹੜਾ ਵਾ ਇਸ਼ਾਰਾ ਸਮਝ ਸਕਦੇ ਆ ਵੀ ਕਿਉਂ ਨਹੀਂ ਹੋਇਆ ਦਰਵਾਜ਼ਾ ਐਡਾ ਵੱਡਾ ਫਰਾਡ ਹੋਵੇ ਤੇ ਇਹਦੇ ਵਿੱਚ ਮਤਲਬ ਇੱਕ ਐਫਆਈਆਰ ਵੀ ਦਰਜ ਨਾ ਹੋਵੇ ਅੱਛਾ ਫਿਰ ਜਦੋਂ ਨਹੀਂ ਐਫਆਈਆਰ ਦਰਜ ਹੋਈ ਤੇ ਸ਼ੰਟੀ ਸਾਹਿਬ ਸੀ ਜਿਹੜੇ ਇਹਨਾਂ ਨੇ ਅਪਰੋਚ ਕੀਤਾ ਉੱਥੋਂ ਦੇ ਜਿਹੜੇ ਜੁਡੀਸ਼ੀਅਲ ਮੈਜਿਸਟ੍ਰੇਟ ਆ ਕਿ ਮੈਂ ਇਸ ਤਰ੍ਹਾਂ ਨਾਲ ਕੰਪਲੇਂਟ ਦਿੱਤੀ ਆ ਪੁਲਿਸ ਨੇ ਜਿਹੜੀ ਆ ਉਹ ਐਫਆਈਆ ਤਾਂ ਉਹਨਾਂ ਨੇ ਜਿਹੜੇ ਜੁਡੀਸ਼ੀਅਲ ਮੈਜਿਸਟ੍ਰੇਟ ਸੀ ਜਿਹਨੂੰ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਨਾਮ ਨਾਲ ਦਿੱਲੀ 'ਚ ਬਣਾਇ ਬੁਲਾਇਆ ਜਾਂਦਾ ਉਹਨਾਂ ਨੇ ਪੁਲਿਸ ਨੂੰ ਆਰਡਰ ਕੀਤਾ ਹੈ ਅੰਡਰ ਸੈਕਸ਼ਨ 156 3 ਸੀਆਰਪੀਸੀ ਜਿਹਦੇ ਵਿੱਚ ਆ ਕਿ ਐਡਮੈਜਿਸਟ੍ਰੇਟ ਦੇ ਕੋਲੇ ਪਾਵਰਸ ਹੈ ਕਿ ਜੇ ਪੁਲਿਸ ਨਹੀਂ ਐਫਆਈਆਰ ਰਜਿਸਟਰ ਕਰਦੀ ਤੇ ਜੇ ਮੈਜਿਸਟ੍ਰੇਟ ਜਿਹੜਾ ਵਾ ਪ੍ਰਾਇਮਾ ਫੈਸਾ ਹੀ ਇਸ ਗੱਲ ਤੇ ਉੱਤੇ ਕਨਵਿੰਸ ਹੈ ਕਿ ਹਾਂ ਆਫੈਂਸ ਇਸ ਮੇਡ ਆਊਟ ਤੇ ਉਹ ਜਿਹੜਾ ਵਾ ਆਰਡਰ ਕਰ ਸਕਦਾ ਪੁਲਿਸ ਨੂੰ ਕਿ ਐਫਆਈਆਰ ਰਜਿਸਟਰ ਕਰ ਇਸ ਐਫਆਈਆਰ ਦੇ ਆਰਡਰ ਦੇ ਖਿਲਾਫ ਜਸਟ ਖਿਲਾਫ ਜਿਹੜੇ ਆ ਜੀਕੇ ਵਗੈਰਾ ਜਿਹੜੇ ਆ ਉਹ ਹਾਇਰ ਕੋਰਟ ਦੇ ਵਿੱਚ ਗਏ ਕਿ ਐਫਆਈਆਰ ਗੱਦ ਬਿਲਕੁਲ ਸਟੇ ਵੀ ਕਰਵਾਈ ਸੀ ਉਹਨਾਂ ਨੇ ਸਟੇ ਵੀ ਕਰਵਾਈ ਉਸ ਵੇਲੇ ਐਫਆਈਆਰ ਦਰਜ ਨਹੀਂ ਹੋਈ ਹੁਣ ਉਹਨਾਂ ਨੇ ਵੀ ਉਹਨਾਂ ਦਾ ਜਿਹੜੀ ਅਪੀਲ ਸੀ ਜਿਹੜੀ ਰਿਵੀਜ਼ਨਲ ਪਟੀਸ਼ਨ ਪਾਈ ਸੀ ਉਹ ਖਾਰਜ ਹੋ ਗਈ ਔਰ ਕਿਹਾ ਕਿ ਨਹੀਂ ਜਿਹੜਾ ਮੈਟਰੋਪੋਲੀਟਨ ਮੈਜਿਸਟ੍ਰੇਟ ਆ ਉਹਨਾਂ ਨੇ ਠੀਕ ਆਰਡਰ ਪਾਸ ਕੀਤਾ ਹਾਂ ਜਿਹੜੀ ਤੁਸੀਂ ਹੁਣ ਗੱਲ ਕੀਤੀ ਸੀ ਕਿਹੜੇ ਫੈਂਸ ਨਹੀਂ ਇਹ ਜਿਹੜੀ ਐਫਆਈਆਰ ਆ ਸਿਰਫ 420 ਤੇ 34 ਦੇ ਵਿੱਚ ਹੈ ਬਲਕਿ ਇਸ ਐਫਆਈਆਰ ਦੇ ਵਿੱਚ 120B ਵੀ ਬਰਨਾ ਚਾਹੀਦਾ ਸੀ ਇਸ ਦੇ ਵਿੱਚ 467 468 471 ਇਹ ਸਾਰੇ ਸੈਕਸ਼ਨ ਲੱਗਣੇ ਚਾਹੀਦੇ ਜਿਸ ਦੇ ਵਿੱਚ ਆ ਕਿ ਡਾਕੂਮੈਂਟ ਨੂੰ ਜਿਹੜਾ ਵਾ ਉਹਨਾਂ ਲੱਗਦਾ ਵੀ ਇਹ ਡਾਕੂਮੈਂਟ ਇਹ ਡਾਕੂਮੈਂਟ ਇੰਨੇ ਗ ਮੋٹے ਤੌਰ ਤੇ ਹੈਗੇ ਸਾਹਮਣੇ ਹੈਗੇ ਕਿ ਹੋਰ ਧਰਾਵਾਂ ਲੱਗਣੇ ਚਾਹੀਦੇ ਲੱਗਣੀਆਂ ਚਾਹੀਦੀਆਂ ਮੈਂ ਥੋੜਾ ਜਿਹਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਹਾਂ ਕਾਨੂੰਨੀ ਪੱਖ ਦੇ ਨਾਲ ਇਹ ਵੀ ਸਮਝਣ ਜ਼ਰੂਰ ਥੈ ਕਿ ਆ ਮਨਜੀਤ ਸਿੰਘ ਜੀ ਕੇ ਦਾ ਕਦ ਤਾਂ ਈ ਜ਼ਿਆਦਾ ਬਾਤ ਗਿਆ ਸੀਗਾ ਜਿਸ ਕਦ ਕਰਕੇ ਇਹ ਸਿਆਸਤ ਹੈ ਜਿਹੜੀ ਉਹ ਇਲਜ਼ਾਮਾਂ ਦੇ ਵਿੱਚ ਫਸ ਚੁੱਕੀ ਹੈ ਕਿ ਆ ਕਿ ਮਨਜੀਤ ਸਿੰਘ ਜੀ ਕੇ ਸਿਰਫ ਇਹ ਗੱਲ ਕਹਿ ਕੇ ਹੀ ਆਪਦੇ ਆਪ ਨੂੰ ਬਰੀ ਤਾਂ ਨਹੀਂ ਕਰ ਲੈਣਗੇ ਕਿ ਮੇਰਾ ਕਦ ਉੱਚਾ ਹੋ ਗਿਆ ਸੀ ਇਸ ਕਰਕੇ ਮੈਨੂੰ ਸਿਆਸੀ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈਗਾ ਮਨਜੀਤ ਸਿੰਘ ਜੀ ਕੇ ਦੇ ਖਿਲਾਫ ਕਿ ਤੋ ਅੰਦਰੋਂ ਤਾਂ ਨਹੀਂ ਕੋਈ ਟੜਾਕਾਮ ਕਰ ਰਿਹਾ ਹੈਗਾ ਬ੍ਰਿਕ ਤੋਂ ਵਾਪਸ ਆ ਕੇ ਸਵਾਲ ਪੁੱਛੂਗਾ ਜ਼ਰੂਰ ਬੜਾ ਸਵਾਲ ਸੀ ਇਹ ਪੁੱਛ ਰਿਹਾ ਕਿ ਡੀਸੀਐਮਸੀ ਤੇ ਪ੍ਰਸ਼ਾਸਨ ਦੇ ਇਲਜ਼ਾਮਾਂ ਪਿੱਛੇ ਸਿਰਫ ਸਿਆਸੀ ਕਰਨੀ ਜ਼ਿੰਮੇਵਾਰ ਹੈ ਅਮਰਜੀਤ ਧਾਰਨੀ ਤੁਹਾਡੇ ਲਈ ਸਵਾਲ ਬੜਾ ਸੁੱਖਾ ਵੀ ਹੈਗਾ ਔਖਾ ਵੀ ਹੈਗਾ ਧਾਰਨੀ ਸਾਹਿਬ ਮਨਜੀਤ ਸਿੰਘ ਜੀ ਕੇ ਦਾ ਕਦ ਬੱਦ ਗਿਆ ਸੀ ਇਸ ਕਰਕੇ ਉਹਨਾਂ ਨੂੰ ਸਿਆਸੀ ਸਾ ਨੇ ਬਿਲਕੁਲ ਇਸ ਤਰ੍ਹਾਂ ਦੀ ਕਿਹੜੀ ਗੱਲ ਤੁਹਾਨੂੰ ਲੱਗਦੀ ਹੈ ਵੀ ਜਿਹਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਸਿਆਸੀ ਕਦ ਵੱਧ ਗਿਆ ਸੀ ਤੁਹਾਨੂੰ ਨਹੀਂ ਲੱਗਦਾ ਕਦ ਵੱਧ ਗਿਆ ਸੀ ਨਹੀਂ ਬਿਲਕੁਲ ਕਦ ਉੱਡਾ ਹੀ ਸੀਗਾ ਉਹ ਨਹੀਂ ਸੀ ਦੇਖੋ ਇਹਦੇ ਵਿੱਚ ਕੋਈ ਡਾਊਟ ਨਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦਿੱਲੀ ਦੀ ਹੈਗੀ ਆ ਉਸ ਦੇ ਉਹ ਪ੍ਰਧਾਨ ਸੀ ਉਸ ਕਰਕੇ ਉਹਨਾਂ ਦਾ ਕਦ ਸੀ ਔਰ ਮਾਨਯੋਗ ਸੀ ਸਤਕਾਰਯੋਗ ਸੀ ਹੁਣ ਡਬਲ ਗੱਲ ਕਰ ਰਹੇ ਹੋ ਸਮਝ ਸਮਝ ਮੈਸਰ ਕੀ ਗੱਲ ਹੈ ਤੁਹਾਡੇ ਲਈ ਸਵਾਲ ਸੋਖਾ ਵੀ ਤੇ ਔਖਾ ਵੀ ਹੈ ਮਨਜੀਤ ਸਿੰਘ ਜੀ ਕੇ ਤੇ ਮਨਜੀਤ ਸਿੰਘ ਕਾਦਰ ਸਿੰਘ ਸਵਾਲ ਲੈ ਲਓ ਸਵਾਲ ਲੈ ਲਓ ਸਵਾਲ ਲੈ ਲਓ ਮਨਜੀਤ ਸਿੰਘ ਜੀ ਕੇ ਤੇ ਮਨਜੀਤ ਸਿੰਘ ਸਰਸਾ ਦਾ ਟਕਰਾ ਹੈ ਕਿਆ ਉਸ ਮਾਮਲਾ ਜਿਹੜਾ ਉਹ ਜਿਹੜਾ ਆਪਸੀ ਵਿਚਾਰਕ ਮਤਭੇਦ ਹੈ ਕਿਆ ਕਿ ਉਹ ਤਾਂ ਇਹਨਾਂ ਮਾਮਲੇ ਲਈ ਜ਼ਿੰਮੇਵਾਰ ਨਹੀਂ ਹੈ ਨਹੀਂ ਨਹੀਂ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕੇਪੀ ਜੀ ਨਾ ਹੀ ਕੋਈ ਉਹਨਾਂ ਦਾ ਟਕਰਾ ਹੈਗਾ ਇਹ ਟਕਰਾ ਤੁਸੀਂ ਮੀਡੀਆ ਬਣਾ ਰਹੇ ਹੋ ਤੁਸੀਂ ਮੀਡੀਆ ਵਾਲੇ ਤੁਸੀਂ ਆਪ ਉੱਥੇ ਮੀਟਿੰਗ ਕਰਦੇ ਰਹੇ ਤਾਂ ਨਹੀਂ ਸਾਹਿਬ ਸਾਹਿਬ ਇਹ ਗੱਲਾਂ ਤਾਂ ਨਾ ਕਰੋ ਨਾ ਤੁਸੀਂ ਕਿਰਪਾ ਕਰਕੇ ਤੁਸੀਂ ਇਹ ਗੱਲ ਕਹਿ ਦੋ ਵੀ ਟਕਰਾ ਹੈਗਾ ਦੀ ਇਸ ਨੂੰ ਆਪਾਂ ਸਮਾਪਤ ਕਰ ਲਿਆ ਜਾਂ ਟਕਰਾ ਹੈਗਾ ਅਸੀਂ ਸਮਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਧੀ ਫਿਰ ਤੁਸੀਂ ਹੁਣ ਇਹ ਐਡਵર્ટ ਕਰ ਰਹੇ ਹੋ ਪਹਿਲਾਂ ਤਾਂ ਤੁਸੀਂ ਘਰੇ ਮੀਡੀਆ ਨੇ ਬਣਾਤਾ 1 ਮਿੰਟ ਵਿੱਚ ਇਦਾਂ ਦਾ ਨਾ ਕਿਹਾ ਕਰੋ ਨਾ ਤਾਨੀ ਸਾਹਿਬ ਦੇਖੋ ਅਪਾ ਗੈਰ ਜ਼ਿੰਮੇਵਾਰ ਨਾ ਬਿਆਨ ਕਿਉਂ ਦਿੰਦੇ ਹੋ ਕੀ ਕੀ ਕਰੀ ਜਾਂਦੇ ਆ ਤੁਸੀਂ ਮੈਨੂੰ ਤਾਂ ਗੱਲ ਹੀ ਨਹੀਂ ਕਦੇ ਕਰਨੀ ਬੋਲੋ 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 ਦੇਖੋ ਜਿਹੜਾ ਬੰਦਾ ਦਿੱਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਉਹਦਾ ਕਦ ਹੈ ਹਮ ਪਰ ਹੁਣ ਪਹਿਲੀ ਗੱਲ ਤੋਂ ਦਿੱਲੀ ਸ਼ਰੋਮਣੀ ਗੁਰਦੁਆਰਾ ਕਮੇਟੀ ਨਹੀਂ ਹੈਗੀ ਦਿੱਲੀ ਸਿੱਖ ਗੁਰਦੁ ਹੁਣ ਦੂਜੀ ਗੱਲ ਤੁਸੀਂ ਕਹਿ ਰਹੇ ਆ ਉਹਦਾ ਬਿਲਕੁਲ ਜਿਹੜਾ ਬੰਦਾ ਉਹਦਾ ਪ੍ਰਧਾਨ ਹੈਗਾ ਤਾਂ ਉਹਦਾ ਕਦ ਹੈਗਾ ਹੁਣ ਤੁਸੀਂ ਕਹਿੰਦੇ ਕਾ ਕਿ ਕਦ ਹੋ ਗਿਆ ਤੁਸੀਂ ਆਪ ਕਿਹਾ ਮੈਂ ਥੋੜੀ ਕਿਹਾ ਤੁਸੀਂ ਆਪ ਕਿਹਾ ਵੀ ਕਦ ਤਾਂ ਨਹੀਂ ਸੀ ਵੀ ਕਦ ਹੋਰ ਤਾਂ ਨਹੀਂ ਸੀ ਵੱਧ ਗਿਆ ਦੇਖੋ ਕੀ ਕਦ ਵੱਧ ਗਿਆ ਸੀ ਕਿਹੜੀ ਉਹਨਾਂ ਨੂੰ ਕੋਈ ਨਵਾਂ ਉਹਦਾ ਇਸ ਤਰ੍ਹਾਂ ਦਾ ਮਿਲ ਗਿਆ ਸੀ ਜਿਹਦੇ ਨਾਲ ਉਹਨਾਂ ਨੂੰ ਯਾਨੀ ਕਿ ਮਨਜੀਤ ਸਿੰਘ ਜੀਕੇ ਦਾ ਬਦਲ ਅਕਾਲੀ ਦਲ ਕੋਲੇ ਹੈਗਾ ਨਹੀਂ ਨਹੀਂ ਬਿਲਕੁਲ ਦੇਖੋ ਗੱਲ ਇਹ ਹੈ ਜੀ ਇਹ ਧਾਰਮਿਕ ਸੰਸਥਾ ਹੈਗੀ ਆ ਧਾਰਮਿਕ ਲੋਕ ਹੈਗੇ ਆ ਜਿਹੜੇ ਉਸ ਦੀ ਮੈਨੇਜਮੈਂਟ ਲਈ ਸਵਾਲ ਬੜਾ ਸਿੱਧਾ ਹੁੰਦਾ ਮੇਰਾ ਮੈਂ ਤਾਰੀ ਸਿੰਘ ਸਾਹਿਬ ਇੱਕੋ ਸਵਾਲ ਕਰ ਰਿਹਾ ਹਾਂ ਇਹਦਾ ਮਤਲਬ ਮਨਜੀਤ ਸਿੰਘ ਜੀ ਕੇ ਦਾ ਬਦਲ ਅਕਾਲੀ ਦਲ ਕੋਲੇ ਹੈਗਾ ਬਿਲਕੁਲ ਦੇਖੋ ਹਰ ਬੰਦੇ ਦਾ ਬਦਲ ਹੈਗਾ ਜੇ ਇੰਦਰਾ ਗਾਂਧੀ ਦਾ ਬਦਲ ਹੈਗਾ ਸੀ ਤਾਂ ਮਨਜੀਤ ਸਿੰਘ ਜੀ ਕੇ ਦਾ ਬਦਲ ਕਿਉਂ ਨਹੀਂ ਹੈਗਾ ਚਲੋ ਇੰਦਰਾ ਗਾਂਧੀ ਦਾ ਨਾਂ ਲਿਆਉਗਾ ਤੁਸੀਂ ਹਾਂਜੀ ਗੁਰਪ੍ਰੀਤ ਮੈਂ ਇੱਕ ਸਵਾਲ ਕੀਤਾ ਸੀ ਇਹਨਾਂ ਨੂੰ ਤੁਸੀਂ ਉਸ ਸਵਾਲ ਦਾ ਜਵਾਬ ਦੇ ਸਕਦੇ ਹੋ ਜੇ ਜੇ ਤੁਸੀਂ ਦਿੱਲੀ ਦੀ ਸਿਆਸਤ ਨੂੰ ਸਮਝਦੇ ਹੋ ਮਨਜੀਤ ਸਿੰਘ ਜੀ ਕਿਤੇ ਮਨਜੀਤ ਸਿੰਘ ਸਿਰਸਾ ਦਾ ਟਕਰਾ ਇਹਨਾਂ ਮਾਮਲੇ ਲਈ ਜ਼ਿੰਮੇਵਾਰ ਹੈ ਜਾਂ ਨਹੀਂ ਇਹ ਤਾਂ ਮੈਂ ਨਹੀਂ ਜਾਣਦਾ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਕਿ ਬਈ ਇਹ ਤੇ ਆਮ ਚਰਚਾ ਸੀਗੀ ਕਿ ਬਈ ਇਹਨਾਂ ਦੋਨਾਂ ਦੇ ਵਿੱਚ ਟਕਰਾ ਹੈਗਾ ਮਗਰ ਹੁਣ ਗੱਲ ਇਦਾਂ ਹੈਗੀ ਕਿ ਬਈ ਅਸੀਂ ਪਹਿਲਾਂ ਵੀ ਇਹ ਗੱਲ ਕਰੇ ਸੀਗੇ ਉੱਥੇ ਤੁਹਾਡੇ ਅੰਦਰ ਬੈਠੇ ਤੇ ਦਫ਼ਤਰ 'ਚ ਜੇਕਰ ਤੁਸੀਂ ਸਿਰਫ ਚਿਹਰਾ ਹੀ ਬਦਲਣਾ ਹੈ ਲੈਟ ਅਸ ਸੇ ਕਿ ਮਨਜਿੰਦਰ ਸਿੰਘ ਸਰਸੇ ਨੂੰ ਲੈ ਕੇ ਆਉਣਾ ਹੈ ਜਾਂ ਕਿਸੇ ਹੋਰ ਨੂੰ ਲੈ ਕੇ ਆਉਣਾ ਹੈ ਤੇ ਸਿਸਟਮ ਨਹੀਂ ਬਦਲਣਾ ਤੇ ਕੁਝ ਨਹੀਂ ਕੁਝ ਨਹੀਂ ਬਦਲਣਾ ਫਿਰ ਸਿੱਖਾਂ ਲਈ ਉਹੀ ਉਹੀ ਭ੍ਰਸ਼ਟਾਚਾਰ ਹੋਈ ਜਾਣਾ ਹੈ ਉਹੀ ਕਰਪਸ਼ਨ ਹੋਈ ਜਾਣੀ ਹੈ ਬਿਕੋਜ਼ ਜਿੱਦਿ ਕਰ ਮੈਂ ਤੁਹਾਨੂੰ ਪਹਿਲੀ ਗੱਲ ਕੀਤੀ ਹੈ ਕਿ ਜਿਹੜਾ ਸਿਆਸਤ ਦਾ ਗਲਬਾ ਹੈ ਨਾ ਇਹਨੇ ਸਾਡੇ ਸਾਰੀਆਂ ਸੰਸਥਾਵਾਂ ਉੱਤੇ ਬਿਲਕੁਲ ਜਕੜ ਜਕੜ ਪਾਇਆ ਹੋਇਆ ਤੇ ਜਦ ਤਾਈ ਸਿਆਸਤ ਜਦੋਂ ਫੂਲਕਾ ਜੀ ਨੇ ਵੀ ਹੁਣ ਉਹ ਉਹ ਗੱਲ ਕੀਤੀ ਹੈ ਆਫਟਰ ਹੀ ਹੈਜ਼ ਯੂ نو ਕਮ ਟੂ ਪੰਜਾਬ ਕਿ ਡੀ ਪੋਲਿਟਿਕਾਈਜ਼ੇਸ਼ਨ ਬਾਈ 댓 ਇਟ ਮੀਨਸ 댓 ਜਿਹੜਾ ਜਿਹੜੀ ਕਰਪਸ਼ਨ ਹੈਗੀ ਜਿਹ ਪੋਲਿਟਿਕਸ ਜਿਹੜੀ ਚੱਲਦੀ ਹੈ ਗੁਰਦੁਆਰਾ ਇਲੈਕਸ਼ਨ ਦੇ ਵਿੱਚ ਹੁਣ ਤੁਸੀਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਗੁਰਦੁਆਰਾ ਮੈਨੇਜਮੈਂਟ ਇਲੈਕਸ਼ਨ ਹੈ ਦੂਏ ਪਾਸੇ ਤੁਸੀਂ ਪੋਲਿਟিক্যাল ਪਾਰਟੀਆਂ ਉੱਥੇ ਉਹੀ ਚੀਜ਼ਾਂ ਵਰਤਦੀਆਂ ਨੇ ਭਾਵੇਂ ਸ਼ਰਾਬ ਹੋਵੇ ਭਾਵੇਂ ਭੁੱਖੀ ਹੋਵੇ ਭਾਵੇਂ ਪੈਸਾ ਹੋਵੇ ਭਾਵੇਂ ਵਾਟੇਵਰ ਤੁਸੀਂ ਉਸ ਪਾਸੇ ਤੁਸੀਂ ਤੁਰਦੇ ਹੋ ਸੋ ਹਾਊ ਡੂ ਯੂ ਐਕਸਪੈਕਟ ਕਿ ਵੀ ਉੱਥੇ ਜਿਹੜਾ ਗੁਰਦੁਆਰਾ ਦੀ ਜਿਹੜੀ ਮੈਨੇਜਮੈਂਟ ਹੋਏਗੀ ਉਹ ਸੱਚੀ ਸੁੱਚੀ ਰਹੇਗੀ ਠੀਕ ਹੈ ਤੁਸੀਂ ਇੱਕ ਸਵਾਲ ਦਾ ਜਵਾਬ ਦੇ ਸਕਦੇ ਹੋ ਮਜੀਦ ਸਿੰਘ ਜੀ ਕੇ ਦੇ ਕਾਦੇ ਬਰਾ ਮੈਂ ਤਾਂ ਕਹਿੰਦਾ ਬਥੇਰੇ ਉੱਪਰ ਕਿ ਆਣਗੇ ਕਿਉਂ ਸਿੱਖ ਸਿੱਖ ਕੋਈ ਮਾੜੇ ਨੇ ਬੰਦੇ ਮਤਲਬ ਤੁਸੀਂ ਉਹਨਾਂ ਨੂੰ ਮੌਕਾ ਹੈ ਹੋਰ ਕੋਈ ਚਿਹਰਾ ਹੈ ਮਜੀਠ ਸਿੰਘ ਜੀ ਦੇ ਬਰਾਬਰ ਦੇਖੋ ਜੀ ਉੱਥੇ ਹੁਣ ਸਾਡੇ ਹੀ ਕੁਝ ਬੰਦੇ ਜਿਹੜੇ ਨੇ ਆਪਣੇ ਸਾਡੇ ਨਾਲ ਜਿਹੜੇ ਲੱਗੇ ਹੋਏ ਨੇ ਕਰਨਲ ਸੁਖਵਿੰਦਰ ਸਿੰਘ ਸੋਢੀ ਹੋ ਗਿਆ ਦਰਜੀਤ ਪਰਾਣਾ ਹੁੰਦਾ ਸੀਗਾ ਪ੍ਰਚਾਰ ਕਮੇਟੀ ਦਾ ਚੋਣਾਂ ਲੜ ਲੈਣਾ ਉਹ ਚੋਣਾਂ ਲੜ ਲੈਣਾ ਲਹੋਈ ਮੈਂ ਕਹਿੰਦਾ ਦੇਖੋ ਚੋਣ ਇਹ ਗੱਲ ਹੈ ਚੋਣਾਂ ਦੀ ਜਿਹੜੀ ਗੱਲ ਹੈ ਨਾ ਉੱਥੇ ਜਿਹੜਾ ਸੱਚਾ ਸੁੱਚਾ ਸਿੱਖ ਹੈ ਨਾ ਕਿਉਂਕਿ ਲਾਈਕ ਆ ਟੋਲਡ ਯੂ ਪੈਸੇ ਇਹਨਾਂ ਨੂੰ ਅਨਫੋਰਚਨਟਲੀ ਮੈਂ ਤੇ ਇੱਥੇ ਜਿਹੜੀ ਆਵਾਮ ਹੈ ਉਹਨਾਂ ਨੂੰ ਮੈਂ ਜ਼ਿਆਦਾ ਬਲੇਮ ਕਰਦਾ ਕਿਉਂਕਿ ਉਹ ਉਹੀ ਇਹੋ ਜਿਹੇ ਬੰਦੇ ਨੂੰ ਲੈ ਕੇ ਆਉਂਦੇ ਨੇ ਕਿਉਂ ਲੈ ਕੇ ਆਉਂਦੇ ਇੱਕ ਵਾਰ ਸਿਰ ਇੱਕ ਵਾਰ ਸਿਰ ਇੱਕ ਵਾਰ ਸਿਰ ਤੁਹਾਡੇ ਮੁਤਾਬਕ ਦਿੱਲੀ ਦੇ ਵਿੱਚ ਸਿੱਖ ਚਿਹਰਾ ਮਨਜੀਤ ਸਿੰਘ ਜੀ ਕੇ ਤੇ علاوہ ਕਿਹੜਾ ਹੈਗਾ ਤੇ ਇੱਕ ਕੈਰੇਕਟਰ ਮੈਂ ਬਤੌਰ ਸਿੱਖ ਗੱਲ ਕਰ ਰਿਹਾ ਦੇਖੋ ਚਿਹਰੇ ਤਾਂ ਬਣਾਏ ਜਾਂਦੇ ਆ ਨਾ ਲੋਕ ਬਣਾਉਂਦੇ ਨੇ ਲੋਕਾਂ ਨੂੰ ਚਿਹਰਾ ਤਾਂ ਲੋਕਾਂ ਨੇ ਆਪੇ ਵਿੱਚੋਂ ਹੀ ਕੱਢ ਲੈਣਾ ਇਹ ਜੇ ਸੈਡ ਹੋ ਜਾਣ ਪਰ ਨੈਤਿਕਤਾ ਹੈ ਕਿੱਥੇ ਗਲਤ ਤਾਂ ਹੋਈ ਹੈ ਹੁਣ ਜੇ ਸੜੇ ਹੋਏ ਟਮਾਟਰ ਤੁਸੀਂ ਲੋਕਾਂ ਕੋਲ ਰੱਖ ਦੋਗੇ ਤਿੰਨ ਉਹਨਾਂ ਨਾਲ ਘਟ ਸੜਿਆ ਹੋਇਆ ਚੁੰਨਾ ਵਿਚਾਰਾਂ ਨੇ ਗਲਤ ਤਾਂ ਇਹ ਹੈ ਕਿ ਲੋਕ ਜਿਹੜੇ ਸ਼ਰੀਫ ਲੋਕ ਹੈ ਨਾ ਪੋਲਿਟਿਕਸ ਇੰਨੀ ਗੰਦੀ ਹੋ ਗਈ ਮਤਲਬ ਪੋਲਿਟਿਕਸ ਦਾ ਚਲੋ ਛੱਡੋ ਹੁਣ ਤਾਂ ਗੁਰਦੁਆਰਿਆਂ ਚ ਵੀ ਪੋਲਿਟਿਕਸ ਆ ਬੜੀ ਇਹਦੇ ਚ ਵੀ ਨਾ ਚੰਗੇ ਲੋਕ ਆਉਣਾ ਪਸੰਦ ਨਹੀਂ ਕਰਦੇ ਵੀ ਜੇ ਮੈਂ ਵੱਡ ਗਿਆ ਪਤਾ ਨਹੀਂ ਮੇਰੇ ਤੇ ਕੀ ਇਲਜ਼ਾਮ ਲਾਉਂਦੇ ਕੋਸ਼ਿਸ਼ ਤਾਂ ਤੁਹਾਡੀ ਪਾਰਟੀ ਨੇ ਵੀ ਕੀਤੀ ਸੀ ਦਿੱਲੀ ਦੇ ਵਿੱਚ ਨਹੀਂ 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 ਇਕਬਾਲ ਸਿੰਘ ਇਕਬਾਲ ਸਿੰਘ ਕਹਿੰਦਾ ਨਹੀਂ ਇਕਬਾਲ ਸਿੰਘ ਜਿਹੜੀ ਜਿਹੜੀ ਚੀਜ਼ ਓਪਨ ਹੁੰਦੀ ਹੈ ਉਹਨੂੰ ਐਡਮਿਟ ਕਰ ਲੈਣਾ ਚਾਹੀਦਾ ਨਹੀਂ ਕੋਸ਼ਿਸ਼ ਕੀਤੀ ਸੀ ਨਾ ਕੋਸ਼ਿਸ਼ ਕੀਤੀ ਸੀ ਨਹੀਂ ਕੋਸ਼ਿਸ਼ ਨਹੀਂ ਐਜੇ ਸਿੱਖ ਕੋਈ ਲੜਦਾ ਹੈ ਤੇ ਲੜੇ ਸਾਨੂੰ ਕੀ ਹੈ ਹੂੰ ਅਸੀਂ ਕੋਈ ਸਿੱਧੀ ਇੰਟਰਫੇਰੈਂਸ ਥੋੜੀ ਨਾ ਕਰਦੇ ਹੁਣ ਚਾਹੇ ਪੰਜਾਬ 'ਚ ਹੋਵੇ ਜੇ ਕੋਈ ਮਤਲਬ ਚੰਗਾ ਸਾਫ ਸੁਥਰਾ ਬੰਦਾ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਜੇ ਉਹਨੂੰ ਅਸੀਂ ਕਹਿ ਦੂਗੇ ਵੀ ਹਾਂ ਇਹ ਬੰਦਾ ਚੰਗਾ ਤੇ ਚੰਗੇ ਨੂੰ ਚੰਗਾ ਕਹਿਣੇ ਚ ਪੈ ਪਰ ਲੋਕਾਂ ਨੇ ਉਹ ਕਿਵੇਂ ਲੈਣਾ ਉਹ ਤਾਂ ਲੋਕਾਂ ਦੇ ਉੱਪਰ ਆ ਰਹੇ ਡਾਕਟਰ ਲਵਾ ਰਹੇ ਤਰਫੋਂ WhatsApp ਮੈਕਸਵਾਲ ਤੋਂ ਤੁਹਾਨੂੰ ਜਾਨਣਾ ਚਾਹੁੰਦਾ ਜਿਹੜੀ ਐਫ ਆਈ ਆਰ ਮੇਰੇ ਕੋਲ ਹੀ ਪਈ ਹੈਗੀ ਇਹਦੇ ਵਿੱਚ ਇੱਕ ਚੀਜ਼ ਕਹੀ ਜਾ ਰਹੀ ਹੈ ਕਿ ਜਿਹੜਾ ਅਕਿਊਜ਼ਡ ਵਾਲਾ ਕਾਲਮ ਹੈਗਾ ਉਹਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਹੈਗਾ ਇਹ ਨਾ ਜੀ ਜਿਹੜੀ ਇਹ ਐਫ ਆਈ ਆਰ ਆ ਇਹ ਸਿੱਧੇ ਤੌਰ ਦੇ ਤੇ ਪੁਲਿਸ ਨੇ ਰਿਕਾਰਡ ਨਹੀਂ ਕੀਤੀ ਹੈ ਰਜਿਸਟਰ ਕੀਤੀ ਹੈ ਇਹ ਹੋਈ ਆ ਕੋਰਟ ਦੇ ਆਰਡਰਸ ਦੇ ਉੱਪਰ ਕੋਰਟ ਦੇ ਆਰਡਰਸ ਦੇ ਉੱਪਰ ਜਦੋਂ ਐਫ ਆਈ ਆਰ ਹੁੰਦੀ ਆ ਤਾਂ ਉਹਦੇ ਵਿੱਚ ਜਿਹੜੇ ਦੋਸ਼ੀ ਲਿਖੇ ਹੁੰਦੇ ਨੇ ਉਹਨਾਂ ਦਾ ਨਾਮ ਉਹ ਐਜ਼ ਅ ਕੰਪਲੇਂਟ ਆ ਕਿਉਂਕਿ ਇਟ ਵਾਸ ਫਾਈਲਡ ਐਜ਼ ਅ ਪ੍ਰਾਈਵੇਟ ਕੰਪਲੇਂਟ ਜਿਹਨੂੰ ਅਸੀਂ ਪੰਜਾਬੀ ਚ ਨਾ ਪੰਜਾਬ ਦੇ ਵਿੱਚ ਇਸਤਗਾਸਾ ਕਹਿੰਦੇ ਆ ਵੀ ਜੇ ਪੁਲਿਸ ਨੇ ਨਾ ਕੋਈ ਕਾਰਵਾਈ ਕਰਤੀ ਤੇ ਜਾਓ ਤੇ ਇਸਤਗਾਸਾ ਸਿੱਧਾ ਮੈਜਿਸਟਰੇਟ ਦੇ ਫਾਈਲ ਕਰ ਦਿਓ ਤੇ ਜਦੋਂ ਮੈਜਿਸਟਰੇਟ ਦੇ ਇਸਤਗਾਸਾ ਫਾਈਲ ਕਰੀਦਾ ਤਾਂ ਉਹ ਕੋਰਟ ਜਿਹੜਾ ਥਾਣੇ ਨੂੰ ਕਹਿੰਦਾ ਠਾਣੇ ਵਾਲੇ ਜਿਹੜੇ ਆ ਉਹ ਐਸ ਇਟ ਇਜ਼ ਜਿਹੜੀ ਕੰਪਲੇਂਟ ਹੈ ਉਹਨੂੰ ਐਫ ਆਈ ਆਰ ਦੇ ਵਿੱਚ ਰੀਪਰੋਡਿਊਸ ਕਰਦੇ ਆ ਐਸ ਇਟ ਇਜ਼ ਤੇ ਉਹਨਾਂ ਦੇ ਵਿੱਚ ਸਾਰਿਆਂ ਦੇ ਨਾਂ ਹੈ ਜੇ ਉਹ ਜੇ ਖਾਲੀ ਆ ਤੇ ਨਾ ਕਿਸੇ ਦਾ ਹੈ ਨਿੰਗ ਆ ਤੇ ਫਿਰ ਰਿਵੀਜ਼ਨ ਪਟੀਸ਼ਨ ਪਾਉਣ ਦੀ ਕੀ ਲੋੜ ਪਈ ਰਿਵੀਜ਼ਨ ਪਟੀਸ਼ਨ ਲਉਦੇ ਇਸ ਆਰਡਰ ਦੇ ਖਿਲਾਫ ਆ ਇਹਨਾਂ ਜਿਨ੍ਹਾਂ ਦੇ ਵਿੱਚ ਇਹ ਨਾਂ ਸੀ ਤੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਸੀ ਉਹਨਾਂ ਨੇ ਪਾਈ ਆ ਨਾ ਤੁਸੀਂ ਪਾਤੇ ਜਾ ਕੇ ਨਾ ਮੈਂ ਬਾਤ ਹੀ ਨਾ ਧਾਰਨੀ ਹੋਣਾ ਨੇ ਪਾਤੀ ਇਸ ਕਰਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਟੈਕਨੀਕਲਟੀਆਂ ਹੈ FIR ਦਾ ਫਰਕ ਜਿਹੜਾ ਸਿੱਧਾ ਪੁਲਿਸ ਰਜਿਸਟਰ ਕਰਦੀ ਹੈ ਤੇ ਜਿਹੜਾ ਕੋਰਟ ਦੇ ਥਰੂ ਆਉਂਦੀ ਹੈ that is very clear ਯਾਨੀ ਕਿ ਪarcha darj hai ਪਰਚਾ ਦਰਜ ਬਿਲਕੁਲ ਦਰਜ ਹੈ ਜੀ ਕਿਸ ਨੇ ਹੋਰ ਨਾ ਪਰਚਾ ਦਰਜ ਹੋਣ ਵਾਲੇ ਆਰਡਰ ਦੇ ਖਿਲਾਫ ਜਿਹੜੀ ਰਿਵੀਜ਼ਨ ਪਟੀਸ਼ਨ ਪਾਈ ਸੀ ਉਹ ਵੀ ਖਾਰਜ ਹੋ ਗਈ ਉਹ ਵੀ ਖਾਰਜ ਹੋ ਗਈ ਉਹ ਵੀ ਖਾਰਜ ਹੋ ਗਈ ਹੈ ਫਟਾਫਟ ਆਰਡਰ ਜਿਹੜਾ ਪਾਇਆ ਗਿਆ ਕਿ ਠੀਕ ਕਾਨੂੰਨੀ ਆਰਡਰ ਸੀ ਤਾਂ ਨਹੀਂ ਤਾਂ ਫਟਾਫਟ ਕੀ ਕਰਨਾ ਚਾਹ ਰਹੇ ਦੇਖੋ ਜਿਹੜੀ ਇਹ ਗੱਲ ਤੁਸੀਂ ਇਹ ਨਾ ਤੋਂ ਕਰਦੇ ਮੈਂ ਥੋੜਾ ਜਿਹਾ ਕਲੀਅਰ ਕਰ ਦਿੰਦਾ ਬਤੌਰ ਵਕੀਲ ਠੀਕ ਹੈ 156 3 ਦੇ ਵਿੱਚ ਇੱਕ ਐਪਲੀਕੇਸ਼ਨ ਫਾਈਲ ਕੀਤੀ ਜਾਂਦੀ ਹੈ ਸੀਆਰਪੀਸੀ ਦੇ ਥੱਲੇ ਕਿ ਫਲਾਣੇ ਬੰਦੇ ਦੇ ਖਿਲਾਫ ਆ ਜਿਹੜੇ ਅਲੀਗੇਸ਼ਨਸ ਹੈਗੇ ਆ ਇਹ ਕੋਰਟ ਨੂੰ ਪੁਲਿਸ ਨੂੰ ਤੁਸੀਂ ਡਾਇਰੈਕਸ਼ਨ ਕਰੋ ਕੋਰਟ ਨੂੰ ਕਿਹਾ ਔਰ ਕੋਰਟ ਨੂੰ ਡਾਇਰੈਕਸ਼ਨ ਕਰਦੀ ਆ ਐਜ਼ ਇਟ ਇਜ਼ ਜਿਹੜਾ ਹੈਗਾ ਉਸ ਤੇ ਜੇ ਕੋਰਟ ਠੀਕ ਪਟ ਕਰਦੀ ਆ ਸਮਝਦੀ ਆ ਤਾਂ ਉਹ ਐਫ ਆਈ ਆਰ ਦੇ ਆਰਡਰ ਕਰ ਦਿੰਦੀ ਆ ਨਾਲ ਡਾਇਰੈਕਸ਼ਨ ਕਰ ਦਿੰਦੀ ਆ ਕਿ ਇਹਦੇ ਤੇ ਇਨਵੈਸਟੀਗੇਸ਼ਨ ਕਰੋ ਇਨਵੈਸਟੀਗੇਸ਼ਨ ਦੇ ਵਿੱਚੋਂ ਉਹਨਾਂ ਚੋਂ ਬੰਦੇ ਨਿਕਲ ਵੀ ਸਕਦੇ ਆ ਹੋਰ ਪੈ ਵੀ ਸਕਦੇ ਆ ਇਸ ਕਰਕੇ ਇਹ ਤਾਂ ਇੱਕ ਪ੍ਰੋਸੀਜਰ ਹੈ ਪ੍ਰੋਸੀਜਰ ਠੀਕ ਹੈ ਡਾਟਾ ਲਓ ਹਾਂਜੀ ਡਾਟਾ ਲਓ ਮੈਂ ਸਵਾਲੇ ਪੁੱਛ ਰਿਹਾ ਸੀਗਾ ਇੱਕ ਇਲਜ਼ਾਮ ਜਿਹੜਾ ਲਾਇਆ ਜਾ ਰਿਹਾ ਹੈਗਾ ਵਿਰੋਧੀ ਮੰਤਰੀ ਉਹ ਕਹਿ ਰਹੇ ਹੈਗੇ ਕਿ ਜਿਹੜਾ ਵੀ ਫੈਸਲਾ ਕੀਤਾ ਜਾਂਦਾ ਕਮੇਟੀ ਪ੍ਰਧਾਨ ਵੱਲੋਂ ਉਹ ਕਮੇਟੀ ਪ੍ਰਧਾਨੋਂ ਜਿਹੜਾ ਫੈਸਲਾ ਕੀਤਾ ਉਸ ਤੋਂ ਬਾਅਦ 1 ਮਹੀਨੇ ਜਾਂ 30 35 ਦਿਨਾਂ ਬਾਅਦ ਜਦੋਂ ਵੀ ਐਗਜ਼ੀਕਟਿਵ ਬੈਠਦੀ ਹੈ ਕੀ ਹੈ ਉਹਦੇ ਵਿੱਚ ਸਾਰਾ ਮਨਜ਼ੂਰੀ ਮਿਲਦੀ ਹੈਗੀ ਜਿਨ੍ਹਾਂ ਜਿਨ੍ਹਾਂ ਨੂੰ ਸਮਝ ਹੈ ਜਿਨ੍ਹਾਂ ਨੂੰ ਸਾਨੂੰ ਸਮਝ ਹੈ ਮੈਂ ਉਹ ਸਵਾਲ ਕਰਨਾ ਚਾਹੁੰਦਾ ਸੀਗਾ ਇਸ ਪੂਰੇ ਮਾਮਲੇ ਦੇ ਵਿੱਚ ਮਨਜੀਤ ਸਿੰਘ ਜੀ ਕੇ ਤੇ ਹੋਰ ਨਾਲ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈਗਾ ਕਿ ਪੂਰੀ ਐਗਜ਼ੀਕਟਿਵ ਤੇ ਜਾਂ ਜਿਹੜੇ 5 ਐਗਜ਼ੀਕਟਿਵ ਅਹੁਦੇਦਾਰ ਹੈਗੇ ਆ ਉਹਦੇ ਨਾਲ ਜਿਹੜੇ 10 ਕ ਮੈਂਬਰ ਹੈਗੇ ਆ ਉਹਨਾਂ ਸਾਰਿਆਂ ਤੇ ਮਾਮਲਾ ਦਰਜ ਹੋਣਾ ਚਾਹੀਦਾ ਸੀ ਜਾਂ ਨਹੀਂ ਦੇਖੋ ਕੇ ਪੀ ਜੀ ਮੈਂ ਇਸ ਨੂੰ ਇੱਕ ਥੋੜਾ ਜਿਸ ਤੋਂ ਪਰੇ ਹਟ ਕੇ ਗੱਲ ਕਰਦਾ ਤੁਸੀਂ ਸੱਚ ਪੁੱਛਣਾ ਅੱਜ ਮੇਰਾ ਸਿਰ ਝੁਕਦਾ ਕਿਸ ਵਕ ਕਿਸ ਅੱਗੇ ਸਿਰ ਝੁਕਦਾ ਸਿੱਖ ਜਗਤ ਅੱਗੇ ਸਿਰ ਝੁਕਦਾ ਕਿਉਂਕਿ ਮੈਂ ਇੱਕ ਸਿੱਖ ਹਾਂ ਸਿੱਖ ਨੇ ਇਸ ਕਿਸਮ ਦੀ ਬੇਈਮਾਨੀ ਕੀਤੀ ਹੈ ਉਹ ਪਹਿਰਾਵੇ ਦਾ ਸਿੱਖ ਉਹ ਉਸੇ ਉਸੇ ਤਰ੍ਹਾਂ ਦਾੜੀ ਰੱਖੀ ਜਿਸ ਤਰ੍ਹਾਂ ਮੇਰੇ ਦਾੜੀ ਰੱਖੀ ਆ ਮੇਰੇ ਦੋਸਤਾਂ ਨੇ ਦਾੜੀ ਰੱਖੀ ਮਤਲਬ ਇੱਕ ਬੜੀ ਸ਼ਰਮਨਾਕ ਗੱਲ ਆ ਸਾਰੇ ਸਿੱਖ ਜਗਤ ਲਈ ਮਾਫ ਕਰਨਾ ਸਿੱਖ ਜਗਤ ਨੇ ਦੂਸਰੇ ਲੋਕਾਂ ਨੂੰ ਵੀ ਫੇਸ ਕਰਨਾ ਹਿੰਦੂਵਾਲੋਂ ਵੀ ਫੇਸ ਕਰਨਾ ਮੁਸਲਮਾਨਾਂ ਨੂੰ ਵੀ ਫੇਸ ਕਰਨਾ ਐਸਾਈਆਂ ਨੂੰ ਵੀ ਫੇਸ ਕਰਨਾ ਇਹ ਸਵਾਲ ਇੰਨਾ ਛੋਟਾ ਨਹੀਂ ਹੈ ਜਿੰਨਾ ਅਸੀਂ ਇਸ ਨੂੰ ਲੈ ਰਹੇ ਹਾਂ ਕਿ ਇੱਕ ਬੰਦੇ ਨੇ 50 ਲੱਖ ਦਾ 2 ਕਰੋੜ ਦਾ 5 ਕਰੋੜ ਦਾ 10 ਕਰੋੜ ਦਾ ਕਪੜਾ ਕਰ ਲਿਆ ਇਹ ਗੱਲ ਦੀਆਂ ਬੜੀਆਂ ਰੈਪਰਕੇਸ਼ਨਸ ਆ ਇਹ ਦੋ ਬਹੁਤ بڑے ਸੈਂਟਰ ਆ ਸਿੱਖਾਂ ਦੇ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਤੇ ਐਸਜੀਪੀਸੀ ਜਿੱਥੇ ਪ੍ਰਚਾਰ ਹੁੰਦਾ ਕਿਸ ਮੂੰਹ ਨਾਲ ਪ੍ਰਚਾਰ ਕਰੋਗੇ ਤੁਸੀਂ ਤੁਸੀਂ ਪ੍ਰਚਾਰ ਕਿਸ ਕਿਸ ਮੋਰਲ ਐਥੀਕਲ ਵੈਲਿਊ ਦੇ ਉੱਤੇ ਲੈ ਕੇ ਜਾਓਗੇ ਤੁਸੀਂ ਆਪਣਾ ਵਿਸ਼ਵਾਸ ਘਾਤ ਹੀ ਕਰ ਲਿਆ ਮਤਲਬ ਸਭ ਤੋਂ ਵੱਡਾ ਕ੍ਰਾਈਮ ਦੁਨੀਆ ਦੇ ਵਿੱਚ ਮੈਂ ਸਮਝਦਾ ਕੀ ਰਿਲੇਸ਼ਨ ਆ ਹਸਬੰਡ ਵਾਈਫ ਦਾ ਵਿਸ਼ਵਾਸ ਦੇ ਉੱਤੇ ਕੀ ਬੱਚੇ ਦਾ ਤੇ ਫਾਦਰ ਦਾ ਕੀ ਰਿਲੇਸ਼ਨ ਆ ਭੈਣ ਭਰਾ ਦਾ ਕੀ ਰਿਲੇਸ਼ਨ ਆ ਦੋਸਤ ਦੋਸਤ ਦਾ ਕੀ ਰਿਲੇਸ਼ਨ ਆ ਥਿਸ ਇਜ਼ 올 ਬੇਸਡ ਓਨ ਯੋਰ ਫੇਥ ਅਜੇ ਤੁਹਾਡਾ ਫੇਥ ਵਿਸ਼ਵਾਸ ਤੋੜ ਦਿੱਤਾ ਇਹਨਾਂ ਲੋਕਾਂ ਨੇ ਦੇ ਆਰ ਦਾ ਗ੍ਰੇਟੈਸਟ ਕ੍ਰਿਮੀਨਲਸ ਇਨਾਂ ਨੂੰ ਮੈਂ ਸਮਝਦਾ ਐਡੀ ਬੜੀ ਸਜ਼ਾ ਹੋਣੀ ਚਾਹੀਦੀ ਹੈ ਜਿਸ ਦੀ ਜਿਸ ਦੀ ਮਿਸਾਲ ਕਿਤਾਬਾਂ 'ਚ ਨਹੀਂ ਤਾਂ ਕਾਨੂੰਨੀ ਕਿਤਾਬਾਂ ਮੈਨਮੈਡ ਕਿਤਾਬਾਂ ਹੈਗੀਆਂ ਇਹ ਤਾਂ ਮਤਲਬ ਐਸ ਕਿਸਮ ਦੀ ਮਾਫ ਕਰਨਾ ਮੈਂ ਦਿਲੋਂ ਕਹਿ ਰਿਹਾ ਮੇਰਾ ਮਨ ਰੋ ਰਿਹਾ ਮੇਰਾ ਦਿਲ ਰੋ ਰਿਹਾ ਅੱਜ ਅਸੀਂ ਕਿਸ ਤਰ੍ਹਾਂ ਨਾਨ ਸਿਕਸ ਨੂੰ ਫੇਸ ਕਰਾਂਗੇ ਪਹਿਲਾਂ ਸਿੱਖਾਂ ਦੀ ਤਾਂ ਦੇਖ ਲੋ ਆਹੀ ਹਾਲ ਚਲੋ ਇਸ ਗੱਲ ਮੈਂ ਤੁਹਾਡੇ ਨਹੀਂ ਨਹੀਂ ਇਹ ਗੱਲ ਬਹੁਤ ਵੱਡੀ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਤਿੰਨ ਦਾ ਪਰ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਜਿਹੜੀ ਕਹਿ ਰਹੀ ਹੈ ਕਿ ਜੇ ਅਸੀਂ ਇਲਜ਼ਾਮਾਂ ਤੋਂ ਬਰੀ ਹੋ ਗਏ ਫਿਰ ਕੀ ਕਹੋਗੇ ਨਹੀਂ ਨਹੀਂ ਇਲਜ਼ਾਮਾਂ ਤੋਂ ਬਰੀ ਕਿੱਥੇ ਹੋਗੇ ਤੁਹਾਡੇ ਤੇ ਇਲਜ਼ਾਮ ਲੱਗ ਗਏ ਦੇ ਆਰ ਵੈਰੀ ਸੀਰੀਅਸ ਉਹ ਤਾਂ ਅੱਗੇ ਵਕੀਲ ਦੀ ਕੈਪੇਬਿਲਿਟੀ ਆ ਜੱਜ ਦੀ ਜਜਮੈਂਟ ਹੈਗੀ ਆ ਉਹ ਇਲਜ਼ਾਮ ਹੀ ਕਿਉਂ ਲੱਗਣ ਥੋੜਾ ਕਿਰਦਾਰ ਇਨਾ ਉੱਚਾ ਹੋਵੇ ਗੁਰੂਆਂ ਨੇ ਵੀ ਰਿਸਪੌਂਸਿਬਿਲਟੀਜ਼ ਲਈਆਂ ਗੁਰੂਆਂ ਤੇ ਤਾਂ ਕਿਸੇ ਨੇ ਅਜ ਤੱਕ ਇਲਜ਼ਾਮ ਨਹੀਂ ਲਾਇਆ ਪਰਿਵਾਰ ਉਹਨਾਂ ਨੇ ਵਾਰ ਤੇ 7 ਸਾਲ 9 ਸਾਲ ਦੇ ਬੱਚੇ 14 ਸਾਲ ਦਾ ਬੱਚਾ 12 ਸਾਲ ਦਾ ਬੱਚਾ ਆਪਣੀ ਮਾਂ ਆਪਣਾ ਪਿਓ ਵਾਰ ਦਿੱਤਾ ਤੁਸੀਂ ਕਹਿ ਰਹੇ ਹੋ ਕਿਰਦਾਰ ਤੇ ਸਵਾਲ ਉੱਠਦੇ ਕਿਰਦਾਰ ਜਿਹੜਾ ਹੈਗਾ ਸਭ ਤੋਂ ਵੱਡਾ ਉਸਤੇ ਉਂਗਲੀ ਕਿਉਂ ਉਠੇ ਇੱਕ ਇੱਕ ਛੋਟਾ ਹੈ ਬ੍ਰੇਕ ਲੈਣਾ ਬ੍ਰੇਕ ਇੱਕ ਛੋਟਾ ਹੈ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆ ਜਾਓ ਜੇ ਕਿਰਦਾਰ ਤੇ ਸਵਾਲ ਉੱਠਦੇ ਆ ਤਾਂ ਫਿਰ ਕਰਨਾ ਕੀ ਚਾਹੀਦਾ ਹੈ ਅਗੇ ਕਾਰਵਾਈ ਹੋਣੀ ਕੀ ਚਾਹੀਦੀ ਹੈ ਕਿਆ ਕਾਨੂੰਨ ਆਪਣੀ ਕਾਰਵਾਈ ਕਰਦਾ ਰਹੇਗਾ ਪਰ ਨੈਤ ਕਿਆ ਮਰਲ ਹਾਈ ਗ੍ਰਾਉਂਡ ਦੀ ਗੱਲ ਮਰਲ ਹਾਈ ਗ੍ਰਾਉਂਡ ਹਾਈ ਗ੍ਰਾਉਂਡ ਦੀ ਗੱਲ ਹੋ ਰਹੀ ਹੈ ਕਿ ਆ ਉਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਇਹਨਾਂ ਨੂੰ ਚਲਾ ਰਹੇ ਹੈਗੇ ਆ ਜਾਂ ਇਹਨਾਂ ਦੇ ਨਾਲ ਹੈਗੇ ਆ ਉਹਨਾਂ ਨੂੰ ਕਰਨਾ ਕੀ ਚਾਹੀਦਾ ਹੈਗਾ ਸਿਰਫ ਸਿਆਸੀ ਇਲਜ਼ਾਮ ਤਰਾਸ਼ੀ ਤੱਕ ਸਾਰਾ ਕੁਝ ਬਚ ਕੇ ਤਰ ਨਹੀਂ ਰਹਿ ਜਾਵੇਗਾ ਸਾਰਾ ਕੁਝ ਸੀਮਤ ਨਹੀਂ ਰਹਿ ਜਾਵੇਗਾ ਅੱਗੇ ਕੀ ਹੋਵੇਗਾ ਜੀਕੇ ਤੇ ਐਫ ਆਈ ਆਰ ਦਾ ਸੱਚ ਕੀ ਪ੍ਰੇਤ ਤੋਂ ਵਾਪਸ ਆ ਰਹੇ ਸਵਾਲ ਇਹ ਕੁ ਪੁੱਛ ਰਹੇ ਕਿ ਡੀਏਸੀ ਐਮਸੀ ਤੇ ਪ੍ਰਸ਼ਾਸਨ ਦੇ ਇਲਜ਼ਾਮਾਂ ਪਿੱਛੇ ਸਿਰਫ ਸਿਆਸੀ ਕਾਰਨ ਹੀ ਜ਼ਿੰਮੇਵਾਰ ਹੈ ਇਸ ਇਸ ਵਾਰ ਮੈਂ ਆ ਰਿਹਾ ਡਟੇ ਲੋ ਬਾਬਸ ਆ ਰਿਹਾ ਤੁਹਾਡੇ ਕੋਲੇ ਅ ਤਾਰਨੀ ਸਾਹਿਬ ਹਾਂਜੀ ਸੱਸ ਛੱਡ ਦੋ ਪਾਸੇ ਜਿਹੜਾ ਸਵਾਲ ਫੋਨ ਆਇਆ ਹੈਗਾ ਕਿਰਤਾਰ ਇਸ ਕਰਦਾਰ ਤੇ ਜੋ ਸਵਾਲ ਉੱਠਦੇ ਆ ਫਿਰ ਗੁਰੂ ਦੀ ਗੋਲਕ ਵਾਲ ਜਿਹੜੇ ਜਾ ਰਹੇ ਹੈਗੇ ਜਿਹੜੀ ਗੌਰਵ ਗੁਰੂ ਦੀ ਗੋਲਕ ਹੈ ਗਰੀਬ ਦਾ ਮੂੰਹ ਹੈਗਾ ਉਸ ਕਨਸੈਪਟ ਨੂੰ ਵੀ ਧੱਕਾ ਤਾਂ ਨਹੀਂ ਵੱਜਦਾ ਵੱਜਦਾ ਹੈ ਬਿਲਕੁਲ ਵੱਜਦਾ ਜੀ ਦੇਖੋ ਕੇ ਪੀ ਜੀ ਤੁਸੀਂ ਸਾਨੂੰ ਮੋੜ ਕੇ ਢੱਕੇ ਨਾ ਤੁਸੀਂ ਮੈਨੂੰ ਕਹਿੰਦੇ ਆ ਕਿ ਤੂੰ ਕਮਾ ਕੇ ਗੱਲ ਕਰਦਾ ਮੈਂ ਬਿਲਕੁਲ ਇਸ ਗੱਲ ਤੇ ਸਹਿਮਤ ਹੈਗਾ ਮੈਂ ਸਿੱਖ ਹੈ ਸਿੱਖ ਜਗਤ ਦੇ ਨਾਲ ਸਹਿਮਤ ਹੈਗਾ ਕਿ ਜੇ ਉਹਨੇ ਗਲਤੀਆਂ ਕਰੀਆਂ ਵੀ ਆ ਜੇ ਉਹਨੇ ਪ੍ਰਸ਼ਟਾਚਾਰ ਕਰਿਆ ਵਾ ਉਹਦੇ ਖਿਲਾਫ ਐਫ ਆਈ ਆਰ ਤੋਂ ਬਾਅਦ ਸਜ਼ਾ ਵੀ ਹੋਣੀ ਚਾਹੀਦੀ ਠੀਕ ਹੈ ਠੀਕ ਹੈ ਮੈਂ ਮੈਂ ਤੁਹਾਡੀ ਗੱਲ ਦਾ ਵੈਲਕਮ ਕਰਦਾ ਮੈਂ ਇੱਕ ਮਿੰਟਾ ਥੋੜਾ ਸਿਰਫ ਇੱਕ ਇੱਕ ਸਵਾਲ ਲੈ ਲਵਾਂ ਤਾਰਨੀ ਸਾਹਿਬ ਪੂਰੀ ਐਗਜ਼ੀਕਟਿਵ ਤੇ ਮਾਮਲਾ ਦਰਜ ਹੋਣਾ ਚਾਹੀਦਾ ਸੀ ਜੀ ਨਹੀਂ ਇਹ ਨਹੀਂ ਤੁਸੀਂ ਕਹਿ ਸਕਦੇ ਮੈਂ ਨਹੀਂ ਕਹਿ ਰਿਹਾ ਤੁਹਾਡੇ ਵਿਰੋਧੀ ਇਹ ਗੱਲ ਕਹਿ ਰਹੇ ਆ ਕਿ ਐਗਜ਼ੀਕਟਿਵ ਸਾਰਾ ਕੁਝ ਪਾਸ ਕਰਦੀ ਹੈ ਇਹ 15 ਮੈਂਬਰ ਹੈਗੇ ਜਿਨਾਂ ਕੋਲ ਸਾਡੇ ਕੋਲ ਜਾਣਕਾਰੀ ਹੈ ਉਹਨਾਂ ਸਾਰਿਆਂ ਤੇ ਮਾਮਲਾ ਹੋਣਾ ਚਾਹੀਦਾ ਸੀ ਜਾਂ ਨਹੀਂ ਦੇਖੋ ਬੜਾ ਸਿੰਪਲ ਸਵਾਲ ਗੱਲ ਇਹ ਹੈ ਜੀ ਕਿ ਜੀ ਕੇਪੀ ਜੀ ਐਗਜ਼ੀਕਟਿਵ ਐਗਜ਼ੀਕਟਿਵ ਦੇ ਵਿੱਚ ਫਰਕ ਹੈਗਾ ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜਾ ਜਿਹੜਾ ਬੰਦਾ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਚਾਹੇ ਸਾਰੀ ਐਗਜ਼ੀਕਟਿਵ ਹੈਗੀ ਹੈ ਚਾਹੇ ਘੱਟ ਐਗਜ਼ੀਕਟਿਵ ਹੈਗੀ ਹੈ ਜਾਂ ਮਤਲਬ ਪੈਸੇ ਨੂੰ ਯੂਜ਼ ਕਰਨ ਵਾਲੇ ਹੈਗੇ ਜਾਂ ਜਿਹਦੇ ਪੈਸੇ ਜਿਹਨੇ ਯੂਜ਼ ਕੀਤੇ ਹੈਗੇ ਹੂ ਇਜ਼ ਦਾ ਬੈਨੀਫਿਸ਼ੀਰੀ ਉਹਨਾਂ ਉਹਨਾਂ ਦੇ ਉੱਤੇ ਜਿਹੜਾ ਹੈਗਾ ਇਹ ਜਿਹੜੀ ਹੈਗੀ ਉਂਗਲੀ ਆ ਆਫਟਰਨੂਨ ਇਨਵੈਸਟੀਗੇਸ਼ਨ ਜਿਹੜੇ ਜਾਂਚ ਦੇ ਘਰੇ ਤੋਂ ਜਿਹੜੇ ਜਾਂਚ ਹਾਂ ਬਾਤ ਫੜਾ ਬਣ ਮਾਰੇ ਰਟੋ ਮੇਰੇ ਕੋਲ ਧਾਰਨੀ ਸਾਹਿਬ ਨੇ ਗੱਲ ਕੀਤੀ ਹੈ ਨਾ ਮੈਂ ਉਹਦੇ ਵਿੱਚ ਵਾਅਦਾ ਕਰਨਾ ਚਾਹੁੰਦਾ ਕਿ ਕਿਸੇ ਵੀ ਉੱਤੇ ਜਦੋਂ ਕ੍ਰਪਸ਼ਨ ਦੇ ਚਾਰਜ ਲੱਗਦੇ ਹੈ ਨਾ ਦਿਸ ਇਜ਼ ਆਲਸੋ ਕ੍ਰਪਸ਼ਨ ਐਬਸੋਲੂਟ ਨੋ ਡਾਊਟ ਇਨ ਇਟ ਥਿਸ ਇਸ ਆਲਸੋ ਕਰਪਸ਼ਨ ਕੋਈ ਵੀ ਗਵਰਨਮੈਂਟ ਏਮਪਲੋਈ ਹੈ ਚਾਹੇ ਛੋਟੇ ਤੋਂ ਛੋਟਾ ਨਾ ਜਦੋਂ ਉਹਦੇ ਤੇ ਕਰਪਸ਼ਨ ਚਾਰਜ ਲੱਗਦੇ ਆ ਤੇ ਸਭ ਤੋਂ ਪਹਿਲਾਂ ਤਾਂ ਉਹਨੂੰ ਸਸਪੈਂਡ ਕੀਤਾ ਜਾਂਦਾ ਸੈਕੰਡ ਡਿਪਾਰਟਮੈਂਟਲ ਇਨਕੁਆਇਰੀ ਵੀ ਹੁੰਦੀ ਹੈ ਡਿਪਾਰਟਮੈਂਟਲ ਇਨਕੁਆਇਰੀ ਮਤਲਬ ਕਿ ਆਪਣਾ ਕੋਈ ਕਿਸੇ ਨੂੰ ਜਿਹੜਾ ਫਾਰਮਰ ਜਿਹੜਾ ਸ਼ੈਸ਼ਨ ਜੱਜ ਹੈ ਕੋਈ ਇਸ ਤਰ੍ਹਾਂ ਜੱਜ ਇੰਡੀਪੈਂਡੈਂਟ ਹੈ ਉਹਨੂੰ ਲਾ ਕੇ ਤੇ ਉਹ ਸਾਰੇ ਅਲੀਗੇਸ਼ਨਸ ਦੇ ਉੱਤੇ ਆਪਣੀ ਇਨਕੁਆਇਰੀ ਵੀ ਡਿਪਾਰਟਮੈਂਟ ਕਰਦਾ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕ ਠੀਕ ਆ ਐਫ ਆਈ ਆਰ ਤੋਂ ਦੀ ਕਲੀਅਰ ਹੋ ਗਿਆ ਕਿ ਉਹ ਆਪਣੇ ਤੌਰ ਤੇ ਵੀ ਉਹਨਾਂ ਦਾ ਫਰਜ਼ ਬਣਦਾ ਕਾਨੂੰਨ ਦੇ ਮੁਤਾਬਕ ਕਿ ਅਸੀਂ ਇਹਨੇ ਇਹਦੀ ਵੀ ਇਨਕੁਆਇਰੀ ਡਿਪਾਰਟਮੈਂਟ ਆਪਣੀ ਇਨਕੁਆਇਰੀ ਇੰਡੀਪੈਂਡੈਂਟ ਕਰਾ ਕੇ ਤੇ ਉਹਦੇ ਤੇ ਵੀ ਐਕਸ਼ਨ ਲਈ ਠੀਕ ਹੈ ਟਿਲੋ ਸਾਹਿਬ ਇਲੀ ਗੁਰਦੁਆਰਾ ਐਕਟ ਇਸ ਇਨਕੁਆਇਰੀ ਦੇ ਸਬੰਧ ਵਿੱਚ ਕੀ ਕਹਿੰਦਾ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਰਾਹੀਂ ਸਾਰੇ ਸਿੱਖ ਜਗਤ ਨੂੰ ਅਪੀਲ ਕਰਨਾ ਚਾਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦੀ ਪ੍ਰੋਪਰ ਇਨਕੁਆਇਰੀ ਕਰਕੇ ਇਸ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਹੈ ਇਹਨੂੰ ਔਰ ਇਹਦੇ ਨਾਲ ਦੇ ਬੰਦੇਆਂ ਨੂੰ ਔਰ ਆਫਾਸਟ ਟ੍ਰੈਕ ਤੇ ਹੋਣੀ ਚਾਹੀਦੀ ਹੈ ਇਹਨੇ ਕਪਲ ਆਫ ਵੀਕਸ ਨਾਟ ਇਨ ਕਪਲ ਆਫ ਮੰਥਸ ਤੁਸੀਂ ਕਹਿੰਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਆਫ ਕੌਰਸ ਸਾਡਾ ਹਾਈ ਹਾਈਐਸਟ ਜਿਹੜਾ ਜੁਡੀਸ਼ੀਅਲ ਮੋਰਲ ਸਿਸਟਮ ਹੈ ਐਥੀਕਲ ਸਿਸਟਮ ਹੈ ਧਾਰਮਿਕ ਸਾਡੀ ਸੰਸਥਾ ਹੈਗੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਆ ਉਸ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸੱਚੇ ਸੁੱਚੇ ਸਿੱਖਾਂ ਦੀ ਸਲਾਹ ਦੇ ਨਾਲ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਉਹ ਕੁਝ ਹਫ਼ਤਿਆਂ ਦੇ ਅੰਦਰ ਅੰਦਰ ਇਹ ਸਾਰੀ ਚੀਜ਼ ਦੀ ਇਨਕੁਆਇਰੀ ਕਰਕੇ ਮਤਲਬ ਫਟਾਫਟ ਇਸ ਬੰਦੇ ਨੂੰ ਇਸ ਬੰਦੇ ਨੂੰ ਔਰ ਇਹਦੇ ਨਾਲ ਦੇ ਬੰਦੇ ਜਿਹੜੇ ਗੁਲਾਗਾਰ ਜਿਹੜੇ ਕਲਪਰੇਟ ਹੈਗੇ ਜਿਹੜੇ ਇਸੇ ਦੋਸ਼ੀ ਹੈਗੇ ਉਹਨਾਂ ਨੂੰ ਇਸ ਕਿਸਮ ਦੀਆਂ ਕੜੀਆਂ ਸਜ਼ਾਵਾਂ ਦੇਵੇ ਜਿਹੜਾ ਮੁੜ ਕੇ ਕੋਈ ਸਿੱਖ ਅਦਾਰਿਆਂ ਦੇ ਵਿੱਚ ਸਿੱਖੀ ਸ੍ਰੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਸ ਕਿਸਮ ਦੀ ਕੋਈ ਕੁਤਾਹੀ ਕਰਹੀ ਨਾ। ਮੇਰੇ ਮੇਰਾ ਇੱਕ ਸਵਾਲ ਜਵਾਬ ਹੈ ਤੁਸੀਂ ਇਹ ਬਤੌਰ ਸਿੱਖ ਹੋਂਦ ਦੇ ਨਾਤੇ ਤੁਸੀਂ ਇਹ ਗੱਲ ਕੀਤੀ ਹੈ ਜਾਂ ਦਿੱਲੀ ਗੁਰਦੁਆਰਾ ਐਕਟ ਵੀ ਇਸ ਦੀ ਤਾਇਦ ਕਰਦਾ ਹੈ? ਐਕਟ ਐਕਟ ਵੀ ਤਾਇਦ ਐਕਟ ਤਾਂ ਡਿਫਰੈਂਟ ਸਿਚੁਏਸ਼ਨ ਹੈ। ਆ ਦੂਸਰੀ ਜਿਹੜੀ ਇੰਪੋਰਟੈਂਟ ਦਿੱਲੀ ਗੁਰਦੁਆਰਾ ਐਕਟ ਕੀ ਕਹਿੰਦਾ ਹੈ? ਨਹੀਂ ਦਿੱਲੀ ਤੋਂ ਇਹੋ ਜਿਹੇ ਮਾਮਲੇ ਸਾਹਮਣੇ ਆਉਣ ਤਾਂ ਕਾਰਵਾਈ ਕਿਸ ਤਰੀਕੇ ਨਾਲ ਹੋਣੀ ਹੈ? ਅਸੀਂ ਸਿੱਖਾਂ ਸਿੱਖਾਂ ਦੇ ਇਹ ਅਦਾਰੇ ਆ ਸਿੱਖਾਂ ਦੇ ਇੰਸਟੀਚਿਊਸ਼ਨਸ ਆ ਇਸ ਦੇ ਪਿੱਛੇ ਬਹੁਤ ਬੜੀ ਟਰੈਡੀਸ਼ਨ ਹੈਗੀ ਆ ਔਰ ਉਸ ਟਰੈਡੀਸ਼ਨ ਨੂੰ ਬਰਕਰਾਰ ਕਰਦੇ ਹੋਏ ਮੈਂ ਸਮਝਦਾ ਜੇ ਕੋਈ ਸਹੀ ਕਿਸਮ ਦਾ ਐਕਸ਼ਨ ਲਿਆ ਜਾਏਗਾ ਸਿੱਖਾਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਉਹਦਾ ਵੀ ਕਦ ਵਧੇਗਾ ਜੇ ਉਸ ਜਿਹੜਾ ਚੀਜ਼ ਲੋਕਾਂ ਨੂੰ ਅੱਧ ਸਾਰੀ ਚੀਜ਼ ਜਗ ਚੱਲਣ ਹੋ ਚੁੱਕਿਆ ਹੈ ਉਸ ਨੂੰ ਕੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਹੜੇ ਲਕੋਣ ਦੀ ਕੋਸ਼ਿਸ਼ ਕਰ ਰਹੇ ਆ ਬਾਦਲ ਪਰਿਵਾਰ ਉਹਨਾਂ ਨੂੰ ਵੀ ਕਟਾਰੇ ਚ ਖੜਾ ਕਰਨਾ ਚਾਹਤ ਤਾਰਨੀ ਸਾਹਿਬ ਬਹੁਤ ਵੱਡੇ ਇਲਜ਼ਾਮ ਲੱਗਦੇ ਪਏ ਹੈਗੇ ਤਾਰਨੀ ਸਾਹਿਬ ਤੁਸੀਂ ਇਲਜ਼ਾਮ ਨਹੀਂ ਲੱਗ ਰਹੇ ਇਹ ਉਹਨਾਂ ਤੇ ਸਹੀ ਮਤਲਬ ਉਹਨਾਂ ਨੂੰ ਦੋਸ਼ੀਆ ਨੂੰ ਦੋਸ਼ੀ ਕਿਹਾ ਜਾ ਰਿਹਾ ਠੀਕ ਹੈ ਤਾਰਨੀ ਸਾਹਿਬ ਜਿਹੜਾ ਸਵਾਲ ਉੱਠਦਾ ਪਿਆ ਹੈਗਾ ਸ਼੍ਰੀ ਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਸਾਰਾ ਮਾਮਲਾ ਚੁੱਕਿਆ ਹੋਣਾ ਚਾਹੀਦਾ ਹੈਗਾ ਇਹ ਮਾਮਲਾ ਤੁਹਾਡੇ ਵਿਰੋਧੀ ਚੁੱਕਣਗੇ ਜਾਂ ਕਾਲੀ ਦਲ ਖੁਦ ਸੋਚ ਰਿਹਾ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਅੱਗੇ ਮਾਮਲਾ ਰੱਖਿਆ ਜਾਣਾ ਚਾਹੀਦਾ ਹੈ ਨਹੀਂ ਦੇਖੋ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਟਲੋ ਸਾਹਬ ਦੀ ਦੇ ਨਾਲ ਢਿੱਲੋ ਸਾਹਬ ਇਮੋਸ਼ਨਲ ਸਿੱਖ ਹੈਗੇ ਆ ਇਹ ਬਹੁਤ ਜ਼ਿਆਦਾ ਅੱਗੇ ਵੱਧ ਜੰਨੇ 1 ਮਿੰਟ ਮੇਰੀ ਗੱਲ ਸੁਣ ਲਓ ਜਿਹੜਾ ਅਕਾਲ ਤਖਤ ਸਾਹਿਬ ਹੈਗਾ ਉਸ ਦੇ ਉੱਤੇ ਜਦੋਂ ਕੋਈ ਦੋਸ਼ ਸਾਬਤ ਹੋ ਜਾਂਦਾ ਕਿਸੇ ਦੇ ਉੱਤੇ ਤਾਂ ਉਹ ਮਾਮਲਾ ਜਾਂਦਾ ਹੈਗਾ ਹਾਲੇ ਤਾਂ ਅੰਡਰ ਇਨਵੈਸਟੀਗੇਸ਼ਨ ਹੈ ਅਕਾਲ ਤਖਤ ਕੋਲ ਕੋਈ ਐਸੀ ਢਿੱਲੋ ਸਾਹਿਬ ਚਲੋ ਚਲੋ ਮੈਂ ਢਿੱਲੋ ਸਾਹਿਬ ਮੈਂ ਤੁਹਾਡੇ ਸਵਾਲ ਮੈਂ ਤੁਹਾਡੇ ਸਵਾਲ ਦੇ ਨਾਲ ਅੱਗੇ ਤੁਰਦਾ ਹਾਂ ਤੁਸੀਂ ਕਹਿ ਰਹੇ ਹੋ ਢਿੱਲੋ ਸਾਹਿਬ ਇਮੋਸ਼ਨਲ ਸਿੱਖ ਹੈ ਢਿੱਲੋ ਸਾਹਿਬ ਵਰਗੇ ਹੋਰ ਇਮੋਸ਼ਨਲ ਸਿੱਖ ਵੀ ਹੋ ਸਕਦੇ ਆ ਇੱਕ ਵਾਰ ਸਵਾਲ ਤਾਂ ਸੋਲੋ ਅਕਾਲੀ ਦਲ ਪ੍ਰੈਕਟੀਕਲ ਤੌਰ ਤੇ ਕੀ ਕਰ ਸਕਦਾ ਮੈਂ ਅਕਾਲੀ ਦਲ ਦੀ ਗੱਲ ਨਹੀਂ ਕਰਦਾ ਮੈਂ ਐਜ਼ ਵਕੀਲ ਗੱਲ ਕਰ ਰਿਹਾ ਕਿ ਵੀ ਥਿੰਕ ਫਰਮ ਹੇਅਰ ਨਾਟ ਫਰਮ ਹੇਅਰ ਚਲੋ ਠੀਕ ਹੈ ਤੁਸੀਂ ਕਹਿ ਦਵੋ ਉਹਨੂੰ ਤੁਹਾਡੀ ਗੱਲ ਆ ਗਈ ਆ ਤਾਰਨੀ ਸਾਹਿਬ ਤਾਰਨੀ ਸਾਹਿਬ ਤੁਹਾਡੀ ਗੱਲ ਆ ਗਈ ਆ ਨਹੀਂ ਤਾਰਨੀ ਸਾਹਿਬ ਤੁਸੀਂ ਜਵਾਬ ਦੇ ਦਿਓ ਉਹਨੂੰ ਸਾਹਿਬ ਇਹ ਗੱਲ ਦੱਸਣ ਬਈ ਹੂ ਵਿਲ ਇਨਵੈਸਟਿਗੇਟ ਦਾ ਮੈਟਰ ਮੈਂ ਕਹਿ ਰਿਹਾ ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ ਕੀ ਕੀ ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ ਜਬ ਸਾਹਿਬ ਹਰ ਗੱਲ ਚਲੋ ਇੱਕ ਮਿੰਟ ਮੈਂ ਥੋੜਾ ਸਾਊਂਡ ਵੀ ਲੈ ਲੈਂਦਾ ਤਾਰਨੀ ਸਾਹਿਬ ਇੱਕ ਮਿੰਟ ਤਾਰਨੀ ਸਾਹਿਬ ਮੈਂ ਥੋੜਾ ਸਾਊਂਡ ਵੀ ਲੈ ਲੈਂਦਾ ਇੱਕ ਮਿੰਟ ਹਾਂਜੀ ਮੈਂ ਤਾਰਨੀ ਸਾਹਿਬ ਤੁਹਾਨੂੰ ਕਲੀਅਰਾਈਫਾਈ ਕਰ ਦਵਾਂ ਜਿਹੜੀ ਇਹਨੇ ਗੱਲ ਕਹੀ ਆ ਇੱਕ ਮਿੰਟ ਕੋਪੀ ਸਿੰਘ ਜੀ ਕਮੇਟੀ ਬਣਾਓ ਇੱਕ ਮਿੰਟ ਔਰ ਉਹ ਤਾਰਨੀ ਅਕਾਲ ਤਖਤ ਇਹ ਬਿਲਕੁਲ ਇਹਨਾਂ ਨੇ ਠੀਕ ਹੈ ਕਿ ਅਕਾਲ ਤਖਤ ਕੋ ਜਿਹੜਾ ਹੈ ਉਹਦੀ ਇਨਕੁਆਰੀ ਕਰਾਉਣ ਦਾ ਤੇ ਇਹ ਕਰਨ ਦਾ ਅਧਿਕਾਰ ਨਹੀਂ ਹੈ ਨਾ ਇਹਨਾਂ ਨੂੰ ਇਸ ਗੱਲ 'ਚ ਪੈਣਾ ਚਾਹੀਦਾ ਜੋ ਮੇਰੀ ਪਰ ਜਿਹੜੇ ਇਹਨਾਂ ਕਿਹਾ ਨਾ ਕਿ ਅਜੇ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਹੋ ਰਹੀ ਹੈ ਤੇ ਜੇ ਵੇਖੋ ਆਪਾਂ ਲੰਗਾਹ ਦੀ ਗੱਲ ਕਰ ਲਈਏ ਉਦੋਂ ਵੀ ਅਜੇ ਐਫ ਆਈ ਆਰ ਦਰਜੀ ਹੋਈ ਸੀ ਸਾਰਾ ਕੁਝ ਹੋਇਆ ਸੀ ਤੇ ਉਹਨਾਂ ਨੇ ਅਕਾਲ ਤਖਤ ਸਭ ਨੇ ਉਹਨਾਂ ਨੂੰ ਸ਼ੇਕਤਾ ਸੀ ਐਬਸੋਲੂਟਲੀ ਸ਼ੇਕਤਾ ਸੀ ਹੁਣ ਇਹ ਤਾਂ ਬਹੁਤ ਵੱਡਾ ਉਸ ਤੋਂ ਵੀ ਵੱਡਾ ਇਸ਼ੂ ਹੈ ਉਸ ਤੋਂ ਕਿੰਨਾ ਵੱਡਾ ਕਪੜਾ ਉਸ ਤੋਂ ਵੱਡਾ ਇਸ਼ੂ ਕਪੜਾ ਵਾ ਜਿਹੜਾ ਕਪੜਾ ਨਹੀਂ ਕਪੜੇ ਆ ਹੱਕ ਦੀ ਪ੍ਰੋਪਰਟੀ ਆ ਤੇ ਹੁਣ ਵੀ ਅਕਾਲ ਚੱਕ ਸਾਹਿਬ ਘੱਟੋ ਘੱਟ ਜਿੰਨਾ ਚਿਰ ਤੱਕ ਇਹ ਚੱਲਦਾ ਉਹਨਾਂ ਚਿਰ ਸਸਪੈਂਡ ਕਰਦੇ ਦੇਖੋ ਉਹਦਾ ਆਦਰਵਾਇਸ ਦੇਖੋ ਗੱਲ ਸੁਣੋ ਉਹਨਾਂ ਤੋਂ ਸਿੱਖ ਬੋਲ ਰਿਹਾ ਪ੍ਰਬੰਧਕ ਘਰੋਂ ਲਾਫਤਾਰੀ ਸਾਹਿਬ ਨਾਰੀ ਸਾਹਿਬ ਤਾਰੀ ਸਾਹਿਬ ਤਾਰੇ ਤੋਂ ਛੱਡੋ ਤੁਸੀਂ ਇਹਨਾਂ ਨੂੰ ਕਿਹਾ ਮੋਸ਼ਨਲ ਸਿੱਖ ਹੈ ਹਾਂਜੀ ਮੈਂ ਇੱਕ ਸਵਾਲ ਤੁਹਾਨੂੰ ਕਰ ਰਿਹਾ ਸੀ ਕਿ ਕਾਲੀਦਾਲ ਪ੍ਰੈਕਟੀਕਲ ਹੈ ਨਾ ਫਿਰ ਤੇ ਪ੍ਰੈਕਟੀਕਲੀ ਕੀ ਕਰੂਗਾ ਕਾਲੀਦਾਲ ਪ੍ਰੈਕਟੀਕਲ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈਗਾ ਜੇ ਉਹਨਾਂ ਦੇ ਅੰਦਰੋਂ ਸਾਬ ਤੋਂ ਕੋਈ ਅੰਦਰੂਨੀ ਕੋਈ ਅੰਦਰੂਨੀ ਜਾਂਚ ਦੀ ਜ਼ਰੂਰਤ ਨਹੀਂ ਹੈ ਦੇਖੋ ਦੋ ਤਰ੍ਹਾਂ ਦੀ ਜਾਂਚ ਕਰਕੇ ਉਹਦੇ ਤੋਂ ਫਰਕ ਕੀਤਾ ਗਿਆ ਇਹਨਾਂ ਨੇ ਗੱਲ ਕੀਤੀ ਹੈ ਦੋ ਤਰ੍ਹਾਂ ਦੀਆਂ ਜਾਂਚਾਂ ਹੁੰਦੀਆਂ ਹਨ ਇੱਕ ਇਨਵੈਸਟੀਗੇਟਿੰਗ ਏਜੰਸੀ ਜਾਂਚ ਕਰਦੀ ਹੈ ਇੱਕ ਕੋਈ ਦਿੱਲੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਮੈਨੇਜਮੈਂਟ ਕਮੇਟੀ ਹੈਗੀ ਆ ਉਹਨਾਂ ਦੀ ਕੋਈ ਜਿਹੜੀ ਹੈਗੀ ਆ ਇਨਕੁਆਰੀ ਕਮੇਟੀ ਬੈਠੂਗੀ ਇਨਕੁਆਰੀ ਕਮੇਟੀ ਬੈਠੂਗੀ ਬਿਲਕੁਲ ਬੈਠੂਗੀ ਹਾਂ ਬਿਲਕੁਲ ਜੇ ਤੁਸੀਂ ਸਿੱਖ ਇਤਿਹਾਸ ਪੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਤੋਂ ਪਹਿਲਾਂ ਕਿਹਨੂੰ ਸਜ਼ਾ ਦਿੱਤੀ ਸੀ ਮਸੰਦਾ ਨੂੰ ਔਰ ਮਸੰਦਾ ਨੂੰ ਕਿੱਡੀ ਵੱਡੀ ਸਜ਼ਾ ਦਿੱਤੀ ਸੀ ਕੜਾਹੇ ਦੇ ਵਿੱਚ ਪਾ ਕੇ ਮਾਰਿਆ ਸੀ ਸਿੰਬੋਲਿਕ ਗੱਲ ਹੈਗੀ ਹੈ ਉਸ ਤੋਂ ਬਾਅਦ ਲੜਾਈਆਂ ਲੜੀਆਂ ਦੂਜੇ ਪਹਾੜੀ ਰਾਜਿਆਂ ਨਾਲ ਤੇ ਮੁਗਲ ਸੰਤਨਨ ਦੇ ਨਾਲ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਸ ਵੇਲੇ ਤੁਹਾਡੇ ਅੰਦਰ ਪਈਆ ਕੈਂਸਰ ਅੱਜ ਅਸੀਂ ਕੈਂਸਰ ਅੰਦਰ ਹੈ ਅੱਜ ਅੱਜ ਇਹਦੇ ਵਿੱਚ ਬਹੁਤ ਔਖਾ ਰਿਹਾ ਕਿਸੇ ਵਿਧੀ ਵਿਧਾਨਚਾਰ ਉਹ ਇੱਕ ਵਾਰ ਇਹ ਗੱਲ ਕਹਿਣੇ ਕਿ ਕਿਸੇ ਜ਼ਿੰਮੇਵਾਰ ਨਹੀਂ ਸਾਹਿਬ ਕਿਸੇ ਨੂੰ ਕਢਾ ਨਹੀਂ ਸਾਹਿਬ ਅੱਜ ਕਢਾਇਆ ਨਹੀਂ ਆਪਾਂ ਛੱਡੋ ਇਹਦਾ ਵੈਸੇ ਮੈਂ ਤੁਹਾਨੂੰ ਮਸਾਲ ਦੇ ਰਿਹਾ ਅੱਜ ਅੱਜ ਹੋਵੇਗਾ ਆਪਾਂ ਨਾ ਇਹ ਨਗਲਾ ਚ ਭਈ ਆਪਾਂ ਨਾ ਇਹ ਨਗਲਾ ਚ ਭਈ ਨਹੀਂ ਨਹੀਂ ਅੱਜ ਕੌਣ ਬਣੂਗਾ ਇੱਕ ਮਿੰਟੋ ਸਾਹਿਬ ਤੇਲੋ ਸਾਹਿਬ ਇੱਕ ਪਿੰਟਲੀ ਤੇਲੋ ਸਾਹਿਬ ਤਾਰੇ ਸਾਹਿਬ ਇੱਕ ਵਾਰ ਠੀਕ ਗੱਲਾਂ ਕਰ ਗੁਰਪੀਸੇ ਉਹਨੂੰ ਵਰਤਾ ਹੈ ਨਾ ਇੱਕ ਮਿੰਟ ਗੁਰਪੀਸੇ ਗੁਰਪੀਸੇ ਫਾਲੋਅਰ ਤਾਂ ਹੈ ਕਿ ਇਹ ਪ੍ਰੈਜ਼ੈਂਟ ਕਾਨੂੰਨ ਆਪਣਾ ਕੰਮ ਕਰ ਰਿਹਾ ਕਾਨੂੰਨ ਆਪਣਾ ਕੰਮ ਕਰ ਰਿਹਾ ਇਹਨਾਂ ਨੇ ਇਹਨਾਂ ਨੂੰ ਇਮੋਸ਼ਨਲ ਸਿੱਖ ਕਹਿੰਦਾ ਹੈਗਾ ਜੀ ਜਿਹੜੀਆਂ ਤੁਹਾਡੀਆਂ ਸੰਸਥਾਵਾਂ ਹੈਗੀਆਂ ਉਹ ਇਹ ਗੁਰਦੁਆਰਾ ਪ੍ਰਬੰਧਾਂ ਦੇ ਲਈ ਬਣੀਆਂ ਹੋਈਆਂ ਹਨਾ ਬਿਲਕੁਲ ਸਿੱਖੀ ਸਿਧਾਂਤਾਂ ਨੂੰ ਬਚਾਉਣ ਦੇ ਲਈ ਬਣੀਆਂ ਹੋਈਆਂ ਹਨਾ ਤੁਸੀਂ ਕੀ ਕਹਿਣਾ ਐਸਜੀਪੀਸੀ ਨਿਕਲੀ ਸਿੰਘ ਸਭਾ ਲਹਿਰ ਤੋਂ ਹੀ ਸੀਗੀ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਗੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਗੱਲ ਡਾਕਟਰ ਸਾਹਿਬ ਨੇ ਵੀ ਕੀਤੀ ਹੈ ਕਿ ਬਤੌਰ ਸਿੱਖ ਸਾਡਾ ਸਾਡੇ ਸਾਰਿਆਂ ਦਾ ਸਿਰ ਨੀਵਾ ਹੋ ਗਿਆ ਭਾਵੇਂ ਐਲੀਗੇਸ਼ਨ ਜੀ ਕਹਿ ਲੋ ਜੋ ਮਰਜ਼ੀ ਕਹਿ ਲੋ ਲਾਈਕ ਯੂ ਰੈਟਲੀ ਸੈਡ ਕਿ ਅਗਰ ਦੇਰ ਇਜ਼ ਨੋ ਸਮੋਕ ਵਿਦਆਊਟ ਫਾਇਰ ਠੀਕ ਹੈ ਨਾ ਅਗਰ ਨਹੀਂ ਹੁੰਦਾ ਤੇ ਫਿਰ ਨਹੀਂ ਹੋਣੀ ਸੀਗੀ ਬਟ ਓਕੇ ਚਲੋ ਇਹ ਹੋ ਗਿਆ ਹੁਣ ਜਿਹੜੀ ਗੱਲ ਹੈ ਕਿ ਵੀ ਡੈਫੀਨਿਟਲੀ ਬਟ ਡੈਫੀਨਿਟਲੀ ਸਿੱਖ ਕੌਮ ਇਹਦਾ ਫੈਸਲਾ ਸਾਨੂੰ ਆਪ ਕਰਨਾ ਚਾਹੀਦਾ ਹੈ ਇਹਨਾਂ ਨੇ ਗੱਲ ਕੀਤੀ ਹੈ ਕਿ ਅਕਾਲ ਤਖਤ ਦੇ ਮੁਖ ਸੇਵਾਦਾਰ ਤੋਂ ਆਪਾਂ ਇਹ ਉਮੀਦ ਰੱਖਦੇ ਹਾਂ ਠੀਕ ਹੈ ਨਾ ਸਾਨੂੰ ਪਤਾ ਹੈ ਕਿ ਅਕਾਲ ਤਖਤ ਦਾ ਸੇਵਾਦਾਰ ਵੀ ਹੁਣ ਇਸ ਟਾਈਮ ਦੇ ਵਿੱਚ ਉਹ ਕਿਦੇ ਅਧੀਨ ਕੰਮ ਕਰਦਾ ਹੈ ਅਨਫੋਰਚੂਨਟਲੀ ਲੈਟ ਅਸ ਕਾਲ ਅ ਸਪੇਡ ਅ ਸਪੇਡ ਆਲਸੋ ਆਈ ਆਈ ਰਿਸਪੈਕਟ ਹਿਸ ਸੈਂਟੀਮੈਂਟਸ ਡਾਕਟਰ ਸਾਹਿਬ ਕਿ ਵੀ we have to have ਫਿਰ ਹੋਣਾ ਕੀ ਚਾਹੀਦਾ ਹੁਣ ਹਾਂ ਨਹੀਂ ਬਟ 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 ਜਿਹੜੀ ਗੱਲ ਹੈਗੀ ਕੌਮ ਨੂੰ ਕੌਮ ਨੂੰ ਜਿਹੜਾ ਹੈਗਾ ਜਦੋਂ ਜਿਹਨਾਂ ਨੇ ਜਿਹੜੀ ਦੂਜੀ ਗੱਲ ਕੀਤੀ ਸੀਗੀ ਕਿ ਪੰਜ ਕਿਉਂਕਿ ਕਿਉਂਕਿ ਐਡੈਕਟ ਤਾਂ ਉੱਥੋਂ ਹੀ ਆਉਣਾ ਚਾਹੀਦਾ ਹੈ ਅਕਾਲ ਤਖਤ ਤੋਂ ਹੀ ਬਿਕੋਜ਼ ਉਹ ਸਾਡਾ ਇੱਕ ਦੈਟ ਇਜ਼ आवर ਇੰਸਟੀਟਿਊਸ਼ਨ ਠੀਕ ਹੈ ਨਾ ਅਸੀਂ ਉਥੇ ਵਿੱਚ ਕੋਈ ਥੇਸਿਸ ਨਹੀਂ ਲਿਆਉਣੀ ਬਟ ਟੂ 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 ਐਕਸਪੈਕਟ ਕਿ ਦੀ ਪ੍ਰੈਜ਼ੈਂਟਰ ਜਿਹੜਾ ਉੱਥੇ ਹੈਗਾ ਮੁਖ ਸੇਵਾਦਾਰ ਉਹ ਜਸਟਿਸ ਕਰੇਗਾ ਨਹੀਂ we have to have a committee of like he said of five people who are acceptable to the sikh jagat worldwide to ke bhi siyasat to aprerth nahi hogi committee ho siyasat to aprerth committee nahi hogi shasat to siyasat to aprerth committee nahi hogi sikh intellectual committee hogi exactly हुँ। exactly shasat ya de vich swali padan ke jitne shasat aagi utte mai gaya te phir e to mauka par shasat to move bhi chal rahi hai tadvi chalegi ek vaal se fatapad last minute mera ta yehi kehna hai ki jodi bhi committee bane ਉਹਨੂੰ ਸੋਸ਼ਲ ਆਡੀਟਰ ਦਾ ਹੋਣਾ ਚਾਹੀਦਾ ਤੇ ਸੰਗਤ ਤੋਂ ਮਤਿਆਂ ਦੀ ਪ੍ਰਵਾਨਗੀ ਹੋਣੀ ਚਾਹੀਦੀ ਬੰਦ ਕਮਰੇ 'ਚ ਮਤਿਆਂ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ ਤਾਂ ਜਾ ਕੇ ਗੁਰਦੁਆਰਾ ਸੁਧਾਰਚ ਆਊਗਾ ਕਿ ਸਿਸਟਮ ਚੱਲੂਗਾ ਜੇ ਇਹ ਕੋਰਟ ਕਚਹਿਰੀਆਂ 'ਚ ਘੜੀਦਾ ਸੰਗਤ ਦਾ ਪੈਸਾ ਕੋਰਟ ਕਚਹਿਰੀਆਂ ਤੇ ਜਾਣਾ ਹੀ ਨਹੀਂ ਚਾਹੀਦਾ ਇਹ ਤਾਂ ਸੰਗਤ 'ਚ ਰੱਖੋ ਸੰਗਤ ਉਹਨੂੰ ਸਜਾ ਲਾਵੇ ਇਹ ਕੋਟ ਕਿਚਰੇ ਦਾ ਕਿਥੋਂ ਮਸਲਾ ਆ ਗਿਆ ਇਹ ਸੰਗਤ ਚ ਹਰ ਕੁਆਟਰ ਚ ਜਾ ਕੇ ਆਪਣਾ ਹਿਸਾਬ ਕਿਤਾਬ ਰੱਖੋ ਕਿ ਐਨੇ ਪੈਸੇ ਆਏ ਐਨੇ ਅਸੀਂ ਹੁਣ ਅੱਗੇ ਖਰਚਾ ਕਰਨੇ ਸਾਨੂੰ ਮਤਿਆਂ ਦੀ ਪ੍ਰਵਾਨਗੀ ਦੋ ਪਈ ਹੈ ਅਸੀਂ ਖਰਚਾ ਕਰ ਲਿਆ ਕਿ ਨਹੀਂ ਕਰ ਲਿਆ ਠੀਕ ਹੈ ਡਾਟ ਲਓ ਲਾਸਟ ਕਮੈਂਟ ਤੁਹਾਡੇ ਡਾਟ ਲਓ ਲਾਸਟ ਕਮੈਂਟ ਤੁਹਾਡੇ ਚਾਹੀਦੇ ਆ ਦਿੱਲੀ ਗੁਰਦੁਆਰਾ ਜਿਹੜਾ ਐਕਟ ਹੈਗਾ ਉਹ ਇਸ ਮਾਮਲੇ ਤੋਂ ਬਾਅਦ ਕੀ ਦਿੱਲੀ ਗੁਰਦੁਆਰਾ ਐਕਟ ਦੇ ਵਿੱਚ ਕਿਸੇ ਸੋਧ ਦੀ ਜ਼ਰੂਰਤ ਹੈ ਕੀ ਹੈ ਕੋਈ ਚੀਜ਼ ਉਹਦੇ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ ਜਾਂ ਨਹੀਂ ਮੈਂ ਸਮਝਦਾ ਉਹਦੇ ਚ ਸਭ ਤੋਂ ਵੱਡੀ ਇੰਪੋਰਟੈਂਟ ਹੋਣੀ ਚਾਹੀਦੀ ਹੈ ਵੀ ਇਸ ਕਿਸਮ ਦੀ ਮਿਸ ਅਪ੍ਰੋਪਰੀਏਸ਼ਨ ਆਫ ਫੰਡਸ ਜਿਹੜੇ ਉੱਥੇ ਹੈਗੇ ਗੁਰੂ ਦੀ ਗੋਲਕ ਦੇ ਵਿੱਚੋਂ ਗਏ ਵੇ ਉਹਨਾਂ ਦੇ ਨਾਲ ਜਿਹੜਾ ਬੰਦਾ ਠੇਰਾਫੇਰੀ ਕਰਦਾ ਉਹਨੂੰ ਸਭ ਤੋਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਜ਼ਰੂਰ ਉਹਦੇ ਵਿੱਚ ਇੰਡਕਟ ਕਰ ਦੇਣਾ ਚਾਹੀਦਾ ਜੇ ਨਹੀਂ ਹੈਗਾ ਦੂਸਰੀ ਗੱਲ ਬੜੀ ਇੰਪੋਰਟੈਂਟ ਗੱਲ ਮੈਂ ਧਰਨੀ ਸਾਹਿਬ ਨੂੰ ਧਰਨੀ ਸਾਹਿਬ ਦੇ ਰਾਹੀ ਇਹਨਾਂ ਦੇ ਲੀਡਰਾਂ ਨੂੰ ਦੱਸਣਾ ਚਾਹੁੰਦਾ ਗੁਰੂ ਨੇ ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ ਸਜ਼ਾ ਮਾਂ ਦਿੱਤੀਆਂ ਧੀਰਮਲ ਕੌਣ ਸੀ ਗੁਰੂ ਹਰਗੋਬਿੰਦ ਮਹਾਰਾਜ ਦਾ ਗ੍ਰੈਂਡਸਨ ਸੀ ਪੋਤਾ ਸੀਗਾ ਔਰ ਰਾਮ ਰਾਏ ਕੌਣ ਸੀ ਗੁਰੂ ਹਰ ਰਾਏ ਦਾ ਬੇਟਾ ਸੀ ਸਭ ਤੋਂ بڑا ਔਰ ਸਭ ਤੋਂ ਜ਼ਿਆਦਾ ਉਹਨੂੰ ਪਿਆਰ ਕਰਦੇ ਸੀ ਗੁਰੂਆ ਨੇ ਤਾਂ ਆਪਣੇ ਪਰਿਵਾਰ ਨੂੰ ਨਹੀਂ ਬਖਸ਼ਿਆ ਤੇ ਤੁਸੀਂ ਮਤਲਬ ਅੱਜ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੀ ਕਰਨਾ ਚਾਹੀਦਾ ਇੱਕ ਮਿੰਟ ਡਾਟੇ ਲੋ ਕਾਲੇ ਜ ਮੈਂ ਸਮਝਦਾ ਅਕਾਲੀ ਦਲ ਨੂੰ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਔਰ ਇਹਨਾਂ ਦੇ ਆਉਣ ਵਾਲੀਆਂ ਜਨਸਾਂ ਨੂੰ ਹਮੇਸ਼ਾ ਲਈ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਜੋ ਜੋ ਧੀਰ ਮਨ ਲਾਲ ਹੋਇਆ ਜੋ ਇਹ ਜਿਆਦਾ ਵੱਡੀ ਗੱਲ ਨਹੀਂ ਜਿਆਦਾ ਸਖਤ ਗੱਲ ਨਹੀਂ ਕਹਿੰਦੇ ਜੋ ਨੋ ਸਖਤ ਕੋਈ ਮੋਸ਼ਨ ਹੋ ਕੇ ਕਹਿ ਰਹੇ ਹਾਂ ਜਾਂ ਪ੍ਰੈਕਟੀਕਲੀ ਕਰ ਰਹੇ ਹੋ ਮੋਸ਼ਨ ਨਹੀਂ ਮਾਈ ਹਿਸਟਰੀ ਦੇ ਹਿਸਟਰੀ ਦੇ ਫੈਕਟ ਕੋਟ ਕਰ ਰਹੇ ਹਾਂ ਜੀ ਚਲੋ ਠੀਕ ਠੀਕ ਬਹੁਤ ਧੰਨਵਾਦ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤਾ ਸੀਗਾ ਇਸ ਤਰ੍ਹਾਂ ਗੁਰੂ ਹਰਰਾਏ RAM ਰਾਏ ਦਾ ਬੇਟਾ ਸੀ ਚਲੋ ਮੈਨੂੰ ਮੈਨੂੰ ਵਕਤ ਹੈ ਨਹੀਂ ਰਾਟੇ ਲਈ ਤੁਹਾਡਾ ਬਹੁਤ ਧੰਨਵਾਦ ਬਾਦ ਸਾਹਿਬ ਤੁਹਾਡਾ ਬਹੁਤ ਧੰਨਵਾਦ ਤਾਰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਅਖਵਾਲ ਸਿੰਘ ਤੁਹਾਡਾ ਬਹੁਤ ਧੰਨਵਾਦ ਗੁਰਪੀਤ ਸਿੰਘ ਤੁਹਾਡਾ ਬਹੁਤ ਧੰ ਜਿਹੜੀ ਇਕਾਈ ਹੈ ਕਿ ਆ ਕਾਲੀ ਦਲਤੀ ਉਹਨਾਂ ਤੋਂ ਉਹਨਾਂ ਨੂੰ ਲਾਂਬੇ ਕੀਤਾ ਗਿਆ ਹੈਗਾ ਸਵਾਲ ਬੜੇ ਮਹੱਤਵਪੂਰਨ ਹੈ ਕਿ ਆ ਮਾਮਲਾ ਦਰਛ ਹੋ ਚੁੱਕਿਆ ਹੈ ਕਿ ਇਸ ਮਾਮਲੇ ਦੇ ਕਿਹੜੀਆਂ-ਕਿਹੜੀਆਂ ਪਰਤਾਂ ਖੁੱਲੀਆਂ ਬਾਕੀ ਹੈ ਕਿਆਂ ਉਹਨਾਂ ਤੇ ਵੀ ਚਰਚਾ ਕਰਾਂਗੇ ਪਰ ਅਜ ਦੀ ਤਰੀਕ ਤੇ ਵਿੱਚ ਇਲਜ਼ਾਮ ਉੱਠਿਆ ਤੇ ਨੈਤਿਕਤਾ ਦੇ ਪੱਧਰ ਤੇ ਕੀ ਕਰਨਾ ਚਾਹੀਦਾ ਹੈਗਾ ਚਰਚਾ ਉੱਥੇ ਤੱਕ ਸੀਮਤ ਹੈ ਕਿ ਜਦੋਂ ਇਹਨਾਂ ਇਲਜ਼ਾਮਾਂ ਦੇ ਵਿੱਚ ਕੋਈ ਸੱਚ ਹੋਰ ਬਾਹਰ ਆਵੇਗਾ ਉਦੋਂ ਵੀ ਚਰਚਾ ਕਰਨੀ ਪੈਂਦੀ ਹੈ ਕਿ ਪਰ ਅੱਜ ਗੁਰਦੁਆਰਾ ਪ੍ਰਬੰਧ ਤੇ ਸਵਾਲ ਉੱਠੇ ਹੈ ਜੇ ਗੁਰਦੁਆਰਾ ਪ੍ਰਬੰਧ ਤੇ ਸਵਾਲ ਉੱਠੇ ਹੈ ਫੇਰ ਕਾਨੂੰਨ ਤੋਂ ਪਾਸੇ ਹੋ ਕੇ ਕੌਮ ਵੀ ਸੋ ਤੇ ਜੇ ਸਵਾਲ ਉੱਠti ਹੈ ਤਾਂ ਫਕਰਨਾ ਹੈ ਕਿ ਬਹੁਤ